ਸਾਰੇ तकरीबन ਕਾਡੰਡੇ ਸੂਰਜਨ ਦੁੱਸੰਗੜਾਵਾ ਤੇ ਸਿੱਧੂ ਵੀ ਇਕੱਠੇ ਸੀ ਬਿਲਕੁਲ ਨਹੀਂ ਦਿੱਲੀ ਵਾਲਾ ਨੇ ਪੈਲੂਈ ਮਰਕਲ ਮਾਨਸੀ ਗਾਇ ਨੂੰ ਬਣਾਉਣ ਦਾ ਉਹਨਾਂ ਸਾਡੇ ਮੋਢੇ ਤੇ ਬੰਦੂਕ ਰੱਖ ਕੇ ਤੇ ਗੋਲੀ ਇਹਦੇ ਵਾਲੀ ਕੱਢ ਦਿੱਤੀ ਸਿੱਧੂ ਵਾਲੀ ਤੇ ਇਹ ਪ੍ਰੈਜ਼ੀਡੈਂਟ ਇਹਨਾਂ ਦੋਨਾਂ ਨੇ ਤੇ ਐਸਾ ਜੜੀ ਤੇਲ ਦਿੱਤਾ ਕਿ ਕਾਂਗਰਸ ਉੱਠ ਨਹੀਂ ਸਕੀ ਤੇ ਇਹ ਉਹ ਇਹਨਾਂ ਦੇ ਛਟਕਿਆਂ ਜੀ ਕੋਈ ਕਿੰਨੇ ਵੋਲਟੇਜ ਦਾ ਛਟਕਾ ਵੱਜਦਾ ਕੋਈ ਕਦੀ ਵੱਜਦਾ ਸੀ ਤੱਕ ਨੂੰ ਸਾਨੂੰ ਪੁੱਛ ਲਓ ਮੈਨੂੰ ਕਹਿੰਦੇ ਰਿਹਾ ਕਿ ਆਪਾਂ ਕੱਠੇ ਚਲੀਏ ਮੈਜੂਨ ਆਪਾਂ ਕੰਮ ਖਤਮ ਹੋ ਗਿਆ ਮੇਰਾ ਅਸਤੀਫਾ ਵਾ ਕਾਂਗਰਸ ਦੋ ਜਾਣੇ ਨੇ ਰਹੀ ਐ ਸਿੱਧੂ ਤੇ ਜਖਣ ਕਾਂਗਰਸ ਖਤਮ ਹੋ ਸੇ ਕਰਕੇ ਹੋਈ ਐ ਕਿ ਅਸੀਂ ਦੇਖਿਆ ਹੀ ਨਹੀਂ ਕਿ ਵਾਇਲਿਸਟ ਕੌਮ ਤੇ ਕਾਂਗਰਸ ਕੌਮ ਇਧਰੋਂ ਚੱਲਿਆ ਕੋਈ ਇਧਰੋਂ ਚੱਲਿਆ ਕੋਈ ਇਧਰੋਂ ਚੱਲਿਆਗਾ ਕਾਂਗਰਸ ਹਾਲ ਤਾਂ ਹੁਣ ਵੀ ਇਹ ਆ ਮੈਂ ਤੋ ਐਮਐਲ ਦੇ ਨਾਮ ਵੀ ਲੈ ਲਿਆ ਬਰਿੰਦਰ ਮੀਤ ਪਾੜਾ ਔਰ ਬਾਵਾ ਹੈਂਰੀ। ਕੋਈ ਕਰਤੇ ਇਲਜ਼ਾਮ ਲੱਗਦਾ ਸੀਗਾ ਕਿ ਸੈਸ਼ਨ ਲੰਬਾ ਨਹੀਂ ਕਰਦੀ ਸੀ ਐਮ ਕਹ ਰਿਹਾ ਕਿ ਅਸੀਂ ਕਰਦੇ। ਪਟਵਾਰ ਮਾਜਰਾ ਸਾਹਿਬੇ ਮਿਲਿਆ ਉਹ ਤੇ ਸਿਰਾ ਹੀ ਲਾਗੇ ਨੇ ਗੱਲ ਥਾਪਉਣ ਰੁਪਿਆ। ਗੰਬਾਲੀਓ ਕੀ ਗੱਲ ਉਹ 100 ਕਰੋੜ ਦਾ ਕਹਿ ਗਏ ਨੇ। ਮੈਨੂੰ ਤੇ 80 ਤੇ ਨਾਲ ਝੂਠੀ ਸੌਂ ਖਾ ਗਿਆ ਉਹਨੂੰ ਮੈਂ ਕਹਣਾ ਕਿ ਨਾ ਮਰਿੰਦਰ ਸਿੰਘ ਨੇ ਵੀ ਝੂਠੀ ਸੌਂ ਖਾ ਗਈ। ਮੈਂ ਕਈ ਵਾਰਾ ਬੜਾ ਬੋਸ ਹੁੰਦਾ। ਇਹ ਭਗਵੰਤ ਸਿੰਘ ਬਹਾਂ ਦੇ ਕੀ ਪੱਤੇ ਚੇਂਜ ਆਏਗੇ ਅਸੀਂ ਸੈਂਟਰਲ ਹੱਥ ਵਿੱਚ ਮੈਥੇ ਯੂਰਪ ਕੋਣ ਤਮਨ ਖੇੜੇ ਮੱਥੇ ਮਿਲਦਾ ਸੀ ਇਹ ਹੁਣ ਕੋਈ ਕਿਹੜੀ ਟੈਨਸ਼ਨ ਚ ਹੈ ਕਿਹੜੀ ਫਰਸਟੇਸ਼ਨ ਚ ਸਮਝ ਨਹੀਂ ਇਹ ਹੀ ਭਗਵੰਤ ਮਾਨ ਸਾਨੂੰ ਚੁਟਕਲੀ ਸੁਣਾਉਂਦਾ ਰਿਹਾ ਜਿੱਦੂ ਮੂਸੇ ਵਾਲੇ ਦੇ ਕੇਸ ਦੇ ਅੰਦਰ ਤੁਸੀਂ ਹੋਮ ਮਿਨਿਸਟਰ ਰਹੇ ਉਦੋਂ ਤੁਹਾਡੇ ਕੋਲ ਰਿਪੋਰਟਸ ਕੀ ਸੀ ਕਿ ਉਹਨਾਂ ਨੂੰ ਥੈਟ ਸੀ ਕੀ ਸੀ ਤੁਸੀਂ ਸਿਕਿਉਰਿਟੀ ਦਿੱਤੀ ਕੀ ਸੀ ਉਹ ਸਾਰਾ ਉਹਨੂੰ ਜੇ ਪੂਰੀ ਕਹਾਣੀ ਦੱਸਾਂ ਕਿ ਕਹਾਣੀ ਕੀ ਸੀ। ਬਲੰਦਪੁਰ ਪੁਲਿਸ ਕਿਉਂ ਫ੍ਰੈਂਡ ਉਹਰੇ ਨਾਲ ਆਇਆ। ਇਹ ਕੰਦ ਅੰਕਲਾ ਆ ਕੇ ਖੁੰਮ ਨੂੰ ਗੇਰ ਕੋਈ ਇੰਫਰਸਾਰ ਕਿ ਭੇੜੀ ਜਿਹੜੀ YouTube ਉਹਦੇ ਰਾਈਟਸ ਉਹ ਕਿੱ데 ਸਾਨੂੰ ਦੇ ਦੇ। ਉਹ ਮੈਂ ਆਪਣੇ ਕੰਨੀ ਸੁਣਿਆ ਮੈਸੇਜ। ਕਿਹਦੇ ਜੀ ਇਹ ਸਭ ਤੋਂ ਬਾਅਦ ਜੇ ਕੋਈ ਥ੍ਰੇਟ ਆ ਜਾਗਾ ਤੇ ਇਨੋਟ ਰਾਈਟ। ਕਿ ਦਿੱਲੀ ਤੋਂ ਵੀ ਇਨਫੋਟਾਈ। ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਰਾਜਨੀਤੀ ਚ ਮਰਿਆ ਬੰਦਾ ਕਦੇ ਵੀ ਜਾਉਂਦਾ ਹੋ ਸਕਦਾ ਹੈ ਤੇ ਰਾਜਨੀਤੀ ਚ ਜਿਉਂਦਾ ਬੰਦਾ ਕਦੇ ਵੀ ਮਰ ਸਕਦਾ ਹੈ ਰਾਜਨੀਤੀ ਦੀ ਤਸਵੀਰ ਤੇ ਤਕਦੀਰ ਇਹੀ ਹੈ ਇਸੇ ਕਰਕੇ ਰਾਜਨੀਤੀ ਚ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਸਮੇਂ-ਸਮੇਂ ਦੇ ਉੱਤੇ ਲੱਗਦਾ ਹੁਣ ਤਾਂ ਆ ਗਿਆ ਹੁਣੇ ਆ ਗਿਆ ਕਦੇ ਇੰਦਰਾ ਦਾ ਦੌਰ ਸੀ ਹੁਣ મોદી ਦਾ ਦੌਰ ਚੱਲ ਰਿਹਾ ਹੈ ਪੰਜਾਬ ਚ ਆਮ ਆਦਮੀ ਪਾਰਟੀ ਦਾ ਦੌਰ ਹੈ ਕਾਂਗਰਸ ਪਾਰਟੀ ਨੇ ਲੰਮਾ ਸਮਾਂ ਰਾਜ ਕੀਤਾ ਹੈ ਕਾਂਗਰਸ ਦਾ ਕੋਈ ਰਵਾਈਵਲ ਹੋਏਗਾ ਜਾਂ ਕਾਂਗਰਸ ਨਾਅਰੇ ਮਾਰਨ ਯੋਗੀ ਰਹਿ ਜਾਏਗੀ ਵਿਧਾਨ ਸਭਾ ਚ ਵੀ ਕਾਫੀ ਹੀਟ ਡਿਬੇਟ ਹੋਈ ਆ ਕਾਫੀ ਹੀਟ ਹਿੱਟਡ ਆਰਗੂਮੈਂਟ ਹੋਏ ਨੇ ਸਾਡੇ ਨਾਲ ਸਾਬਕਾ ਗ੍ਰਹਿ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਾਂਗਰਸ ਦਾ ਹਾਲ ਕੀ ਹੈ ਪੰਜਾਬ ਨੂੰ ਕਿਵੇਂ ਦੇਖ ਰਹੇ ਨੇ ਔਰ ਉਹ ਹੋਮ ਮਿਨਿਸਟਰ ਰਹੇ ਨੇ ਸੂਬੇ ਦਾ ਹਾਲ ਕੀ ਹੈ ਸਵਾਗਤ ਹੈ ਰੰਧਾਵਾ ਸਾਹਿਬ ਬਹੁਤ-ਬਹੁਤ ਬਰੁਆ ਪਹਿਲਾ ਸਵਾਲ ਮੇਰਾ ਇਹ ਕਿ ਕੀ ਲੱਗਦਾਗਾ ਜਿਹੜਾ ਮੈਂ ਕਿਹਾ ਕਿ ਰਾਜਨੀਤੀ ਚ ਮਰਿਆ ਬੰਦਾ ਜਿਉਂਦਾ ਹੋ ਜਾਂਦਾ ਜਿਉਂਦਾ ਮਰ ਜਾਂਦਾ ਕਾਂਗਰਸ ਜਿਸ ਹਾਲਤ ਚ ਦੇਸ਼ ਦੇ ਅੰਦਰ ਵੀ ਅਸੀਂ ਦੇਖ ਰਹੇ ਆਂਗੇ ਮਾੜੀ ਹਾਲਤ ਚ ਕਾਂਗਰਸ ਪੰਜਾਬ ਦੇ ਅੰਦਰ ਵੀ ਤੁਹਾਨੂੰ ਵੱਡਾ ਝਟਕਾ ਲੱਗਿਆਗਾ ਕੀ ਲੱਗਦਾਗਾ ਦੇਖੋ ਜਿਹੜੀ 2017 ਚ ਵੀ ਕਾਂਗਰਸ ਦਾ ਏਰੀਅਲ ਆਰ ਸੀ ਕਿਤੇ ਕਾਂਗਰਸ ਦੁਬਾਰਾ ਰਿਵਾਈਵ ਕੀਤੀ ਔਰ ਪੰਜਾਬ ਚ ਕਾਂਗਰਸ ਦੀ ਗਵਰਨਮੈਂਟ ਬਣੀ ਇਹ ਠੀਕ ਹੈ ਕਿ ਕਈ ਵਾਰਾਂ ਲੀਡਰਸ਼ਿਪ ਤੇ ਜਿਹੜੀਆਂ ਗਲਤੀਆਂ ਹੁੰਦੀਆਂ ਜਾਂ ਸਟਰੋਂਗ ਲੀਡਰਸ਼ਿਪ ਜਾਂ ਇਮੀਡੀਏਟਲੀ ਡਿਸੀਜਨ ਨਾ ਲੈਣੇ ਉਹਨਾਂ ਨਾਲ ਨੁਕਸਾਨ ਹੁੰਦਾ ਤੇ ਜਿੱਥੇ ਆਪਾਂ ਇੱਕ ਇਹ ਕਿ ਜਿੰਦਾ ਵੀ ਜਾਂ ਮਰਦਾ ਵੀ ਜਿਹੜਾ ਬੰਦਾ ਜਨਰੇਟਰ ਕਦੀ ਇਹ ਆਪਣੇ ਦਿਮਾਗ ਚ ਲੈ ਕੇ ਰੱਖਦਾ ਕਿ ساری ਉਮਰ ਮੈਂ ਹੀ ਪਾਵਰ ਦੇ ਵਿੱਚ ਰਹਿਣਾ ਉਹਦੇ ਤੋਂ ਵੱਡਾ ਬੇਵਕੂਫ ਕੋਈ ਨਹੀਂ ਇਹ ਲੋਕਾਂ ਦੇ ਹੱਥ ਚ ਹੁੰਦਾ ਲੋਕਾਂ ਨਾਲ ਠੀਕ ਤਰ੍ਹਾਂ ਉਹਨਾਂ ਦੇ ਨਾਲ ਬਿਹੇਵ ਕਰੋ ਉਹਨਾਂ ਦੇ ਨਾਲ ਗੱਲ ਕਰੋ ਜਾਂ ਕਰੀਏ ਤੇ ਔਰ ਜਿੱਥੇ ਲੋਕਾਂ ਦਾ ਵਿਸ਼ਵਾਸ ਸਬਤ ਵਧ ਪੈਦਾ ਕਰਨ ਦੀ ਜ਼ਰੂਰਤ ਪੈਂਦੀ ਹੈ ਤੋ ਇਸ ਲਈ ਇਹਦੇ ਚ ਵਾਕਈ ਸਾਡੀਆਂ ਪਾਰਟੀਆਂ ਦੇ ਕਈ ਕਮਜ਼ੋਰ ਜਰ ਰਹੀਆਂ ਕਿ ਗਲਤੀਆਂ ਰਹੀਆਂ ਤੁਹਾਡੀ ਹਰ ਲਈ ਕੌਣ ਜ਼ਿੰਮੇਵਾਰ ਆ ਸਿੱਧੂ ਲਾਹਤ ਜਿਹੜੇ ਮੈਂ ਇੱਕ ਮਿੰਟ ਇਹਦੇ ਚ ਦੱਸ ਦੇਣਾ ਕਿ ਜੇਸਟਨ ਖੜਗੇ ਕਮੇਟੀ ਪੰਜਾਬ ਚ ਆਈ ਸੀ ਪੋਸਟ ਐਂਡ ਪੰਜਾਬ ਚ ਡਿਸੀਜਨ ਜਿਹੜਾ ਕੋਈ ਲੈ ਲੈਣਾ ਚਾਹੀਦਾ ਸੀ ਤਾਂ ਹੀ ਮੈਂ ਕਹਿ ਕੇ ਡਿਲੇ ਜਿਹੜੀ ਆ ਇਹ ਵੀ ਕੀਵਰਾ ਬਹੁਤ ਨੁਕਸਾਨ ਕਰਦੀ ਹੈ ਹਰਨਦ ਉਰੇ ਪ੍ਰਤਾਪ ਬਾਜਵਾ ਇਸ ਸਟੂਡੀਓ ਚ ਉਹਨਾਂ ਨੇ ਕਿਹਾ ਕਿ ਚੰਨੀ ਸਿੱਧੂ ਮੈਨੂੰ ਤਾਂ ਕੋਠੇ ਪਹੁੰਚਿਆ ਹੀ ਨਹੀਂ ਉਦੋਂ ਮੈਂ ਤਾਂ ਇਹ ਕਿਹਾ ਕਿ ਖੜਗੇ ਕਮੇਟੀ ਤੱਕ ਮੈਂ ਗਿਆ ਸੀ ਕਿ ਉਸ ਵੇਲੇ ਖੜਗੇ ਕਮੇਟੀ ਨੂੰ ਜਿਸ ਤਰ੍ਹਾਂ ਕਿਹਾ ਗਿਆ ਕਿ ਇਹ ਬੰਦੇ ਕਾਂਗਰਸ ਦਾ ਬੇੜਾਗਰ ਕਰ ਰਹੇ ਨੇ ਤੇ ਇਹਨਾਂ ਨੂੰ ਇਮੀਡੀਏਟਲੀ ਪੰਜਾਬ ਚ ਕਾਂਗਰਸੀ ਜਿਹੜੀ ਕਰ ਦੇ ਜਿਹੜਾ ਸਾਡੇ ਤੇ ਤੁਸੀਂ ਮੈਨੂੰ ਪੁੱਛ ਲੈਣਾ ਕਿ ਤੁਸੀਂ ਦੇ ਵੱਲੋਂ ਸਿੱਧੂ ਨੂੰ ਕਿ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਸਾਡਾ ਇੱਕੋ ਲਈ ਇੱਕੋ ਹੀ ਮੋਟਿਵ ਸੀਗਾ ਕਿ ਅਸੀਂ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੱਕਾ ਲਿਆ ਨਾਲ ਲੜਕੇ ਸੀਗੇ ਮੈਂ ਬੜੀ ਅਥਾਰਟੀ ਨਾਲ ਕਹੇ ਮੇਰੇ ਸਾਹਮਣੇ ਕੈਪਟਨ ਸਾਹਿਬ ਹੀ ਹੋਣਗੇ ਤੇ ਉੱਥੇ ਵੀ ਮੈਂ ਕਹਿ ਦੂੰ ਕਿ ਮੈਂ ਇਹ ਉਹ ਨਾ ਰਲ ਗਏ ਤੁਸੀਂ ਇ ਤਿੰਨ ਚਾਰ ਆਦਮੀ ਬੈਠੇ ਸੀਗੇ ਤੇ ਉਹਦੇ ਚ ਇਹ ਵੀ ਸੀ ਸੁਨੀਲ ਜਾਖੜ ਵੀ ਸੀ ਰਲਣ ਵਾਲੀ ਗੱਲ ਤਾਂ ਠੀਕ ਆ ਉਹ ਤਾਂ ਉਹ ਸਾਰੀ ਗੱਲਾਂ ਆ ਚੁੱਕੇ ਨੇ ਮੈਂ ਇੱਕ ਸਵਾਲ ਤੇ ਹੁਣਾ ਇੱਕ ਸਵਾਲ ਪੁੱਛ ਲਓ ਮੈਨੂੰ ਕੰਪਲੀਟ ਕਰ ਲੈਣ ਦਿਓ ਉਸ ਤੋਂ ਬਾਅਦ ਤੁਸੀਂ ਦਾ ਵੀ ਜਵਾਬ ਦਿਓ ਮੈਂ ਇੱਕ ਪੁੱਛਣ ਲੱਗਿਆ ਕੀ ਕਹਿ ਗਿਆ ਕਿ ਬਾਅਦ ਚੁੱਕਿਆ ਹਿੰਦੂ ਵੋਟਰ ਨਾਰਾਜ਼ ਹੋ ਗਿਆ ਜਾਖੜ ਦੀਆਂ ਸਟੇਟਮੈਂਟਾਂ ਕਰਕੇ ਚੰਨੀ ਤੇ ਚੰਨੀ ਸਿੱਧੂ ਤੇ ਜਾਖੜ ਜਿਹੜੇ ਇਹਨਾਂ ਦੀਆਂ ਸਟੇਟਮੈਂਟ ਆਈਆਂ ਪ੍ਰਤਾਪ ਬਾਜਵਾ ਕਹਿੰਦੇ ਆ ਇਹਨੇ ਪਾਰਟੀ ਡੀਰੀਲ ਕਰ ਮੈਂ ਪ੍ਰਤਾਪ ਬਾਜਵਾ ਹਣੀ ਬਾਤ ਸੀਗੀ ਮੈਂ ਤੁਹਾਨੂੰ ਇੰਟਰਨਲ ਜਿਹੜੀ ਸਾਡੀ ਪੋਲਿਟਿਕਸ ਨੂੰ ਉੱਥੇ ਪਹੁੰਚੂਗਾ ਕਿ ਕਿਉਂ ਕੈਪਟਨ ਅਮਰਿੰਦਰ ਸਿੰਘ ਨਾਲ ਵਿਗੜੇ ਆਪਾਂ ਇੱਥੋਂ ਸਟਾਰਟ ਕਰਾਂਗੇ ਕਿ ਜਿਹੜੇ ਆਪਾਂ ਕਹਿੰਗੇ ਕੈਪਟਨ ਸਾਹਿਬ ਕਿਤੇ ਮੈਂ ਬੜਾ-ਬੜਾ ਸੈਕੂਲਰ ਹਾਂ ਮੈਂ ਬੜੇ ਪੰਜਾਬ ਲਈ ਕੰਮ ਕੀਤੇ ਮੇਰੇ ਮੈਨੂੰ ਕੌਮ ਮੇਰਾ ਕਰਦਾਰ ਨਹੀਂ ਸਮਝੇ ਮੈਂ ਉਹਨਾਂ ਦਾ ਕਰਦਾਰ ਦੀ ਗੱਲ ਕਰਨ ਲੱਗਾ ਕੈਪਟਨ ਸਾਹਿਬ ਦੇ ਨਾਲ ਉਹਨਾਂ ਨੇ ਦਮਦਮਾ ਸਾਹਿਬ ਕਸਮ ਖਾਦੀ ਕਿ ਮੈਂ ਬਰਗਾੜੀ ਦਾ ਔਰ ਇਹਦਾ ਕਰਾਂਗਾ ਇਹ ਬੈਬਲਕਾਂ ਔਰ ਨਸ਼ਿਆਂ ਦੇ ਅਗੇਂਸਟ ਉਹਨੇ ਕਸਮ ਖਾਧੀ ਉਹ ਪਰਚੋਕ ਨੇ ਕਿਆ ਬੋਲੇ ਸੋ ਨਾਲ ਬਿਰਕਰ ਮੈਂ ਹੀ ਕਿਹਾ ਸੀ ਤੇ ਸਾਰੀ ਦੁਨੀਆ ਦੇ ਪਿੱਛੇ ਸਾਸਰੀ ਕਾਲ ਕਰਕੇ ਇੱਕ ਮਤਲਬ ਅਸੀਂ ਉਹਦੇ ਤੇ ਮੋਹਰ ਲਾਈ ਸਿੱਖ ਦੀ ਮੋਹਰ ਹੁੰਦੀ ਹੈ ਕਿ ਬੋਲੇ ਸੋ ਨਾਲ ਕਹੋ ਤੇ ਉਹਨੂੰ ਮੋਹਰ ਕਹਿੰਦੇ ਆ ਚਲਵੰਡੀ ਸਾਬ ਚਲਵੰਡੀ ਸਾਬ ਮੋਹਰ ਮੈਂ ਲਾਈ ਅਸੀਂ ਇਹਨਾਂ ਨੂੰ ਕਿਹਾ ਉਹਦੇ ਵਿੱਚ ਮੈਂ ਹੁਣ ਬਾਕੀ ਸਾਰੇ ਨਾਲ ਉਹਦੇ ਚ ਸੁਨੀਲ ਜਾਖੜ ਬੈਠਾ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਆਖਿਆ ਕਿ ਇਹਨਾਂ ਨੂੰ ਜਿਹੜੀ ਬਰਗਾੜੀ ਦੀ ਗੱਲ ਕੀਤੀ ਆ ਬਾਕੀ ਤੁਸੀਂ ਛੱਡ ਦਿਓ ਬਾਈਬਲ ਕਲਾਾਂ ਦੀ ਜਿਹੜੀ ਗੱਲ ਆ ਇਹਨੂੰ ਕਰਕੇ ਇਹ ਤੇ ਲੋਕਾਂ ਕੋਲ ਕਸਮ ਖਾਦੀ ਆ ਅਸੀਂ ਤੁਹਾਡੇ ਨਾਲ ਖੜੇ ਆ ਕੈਪਟਨ ਮੁੰਦਰ ਸਿੰਘ ਨੇ ਸਾਡੀ ਗੱਲ ਵੱਲ ਧਿਆਨ ਨਹੀਂ ਕੀਤਾ ਉਸ ਦਿਨ ਫਿਰ ਸਾਡੀ ਵਿਗੜਨੀ ਸ਼ੁਰੂ ਹੋ ਗਈ ਕਿ ਯਾਰ ਤੋਂ ਮੇਰੇ ਖਲ ਇੱਕ ਹੋਰ ਤੁਹਾਡੇ ਨਾਲ ਹੀ ਮੇਰੇ ਚੈਨਲ ਤੇ ਪੜਨ ਜੀ ਨਿਊਜ਼ 18 ਤੇ ਕੋਣ ਤੁਹਾਡੇ ਚੋਂ ਕੋਈ ਲੈਣ ਗਿਆ ਸੀ ਇੰਟਰਵਿਊ ਫਿਰ ਉਹਦੇ ਤੇ ਬਾਲਟੀ ਤੇ ਹੋਰ ਤੇਲ ਪਾ ਦਿੱਤਾ ਉਹਦੇ ਬਾਅਦ ਮੇਰੇ ਉੱਤੇ ਕੈਬਨਟ ਦੇ ਵਿੱਚ ਲੜਾਈ ਹੋਈ ਮੈਂ ਅਸਤੀਫਾ ਉੱਤ ਦੇ ਕੇ ਉੱਠਿਆ ਤੇ ਜੇ ਇਹ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਰਬਾਦੀ ਨਹੀਂ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ 2017 ਚ ਚੀਫ ਮਿਨਿਸਟਰ ਬਣਦੇ ਕਾਂਗਰਸ ਦੀ ਬਰਬਾਦੀ ਵਾਲੇ ਪਾਸੇ ਟੁਰ ਪਏ ਸੀ ਤੇ ਮਤਲਬ ਪੂਰੀ ਕਾਂਗਰਸ ਦੀ ਮੈਂ ਇਹ ਪੁੱਛ ਰਿਹਾ ਕਿ ਹਾਰ ਲਈ ਕੈਪਟਨ ਜ਼ਿੰਮੇਵਾਰ ਆ ਉਹਦੇ ਬਾਅਦ ਜਿਹੜੇ ਤੁਸੀਂ ਸਾਰੇ ਤਕਰੀਬਨ ਕਹਿੰਦੇ ਸੁਰਜਿੰਦਰ ਸਿੰਘ ਗੜਾਵਾ ਤੇ ਸਿੱਧੂ ਵੀ ਇਕੱਠੇ ਸੀ ਬਿਲਕੁਲ ਨਹੀਂ ਬਿਲਕੁਲ ਅਸੀਂ ਜਦੋਂ ਇਹ ਇਕੱਠੇ ਹੋਏ ਆ ਮੈਂ ਹੀ ਮਿਲ ਗਏ ਆ ਚੰਨੀ ਸੀ ਮੈਂ ਅਸੀਂ ਫਤੇ ਬਾਜਵਾ ਸੀਗਾ ਕਿ ਕੀ ਢਲੋਂ ਸੀ ਇਹਦਾ ਮੈਂ ਉਮਰਿੰਦਰ ਪਾੜਾ ਸੀ ਮੈਨੂੰ ਸਾਰਿਆਂ ਨੇ ਆਖਿਆ ਕਿ ਤੂੰ ਤੇਣੀ ਸਿੱਧੂ ਦੀ ਬਣਦੀ ਨਹੀਂ ਕਿ ਤੁਸੀਂ ਇਕੱਠੇ ਹੁੰਦੇ ਤੇ ਉਮਰਿੰਦਰ ਸਿੰਘ ਲੱਤ ਦਾ ਤਾਂ ਮੈਂ ਕਹਾ ਮੇਰੇ ਲਈ ਤੇ ਕੋਈ ਨਹੀਂ ਪਾਰਟੀ ਲਈ ਜੋ ਵੀ ਮੈਨੂੰ ਕਰਨਾ ਪਏਗਾ ਮੈਂ ਕਰਾਂਗਾ ਅਸੀਂ ਉੱਥੇ ਗਏ ਆ ਕੋਈ ਉੱਥੇ ਇਹਨੂੰ ਪ੍ਰੋਮਿਸ ਨਹੀਂ ਕਰਕੇ ਪ੍ਰੈਜ਼ੀਡੈਂਟ ਦਾ ਇਹ ਜੋੜਾ ਕਿ ਸਾਡੀ ਜਿਹੜੇ ਸੀ ਉਹਦੇ ਤੇ ਨੇ ਰੋਟੀਆਂ ਸੇਕ ਲੀਆਂ ਜਿਹੜੀ ਤਿਰਪਰ ਬਾਜਵੇ ਦੇ ਘਰੇ ਮੀਟਿੰਗ ਹੋਈ। ਉਹਰੇ ਬਾਅਦ ਦਿੱਲੀ ਵਾਲਿਆਂ ਨੇ ਪਹਿਲੂ ਹੀ ਮੇਰੇ ਖਿਆਲ ਮੰਨ ਸੀ ਗਏ ਨੂੰ ਬਣਾਉਣ ਦਾ। ਉਹਨਾਂ ਸਾਡੀ ਮੋਢੇ ਤੇ ਬੰਦੂਕ ਰੱਖ ਕੇ ਤੇ ਗੋਲੀ ਇਹਦੇ ਵਾਲੀ ਖੜ ਦਿੱਤੀ ਸਿੱਧੂ ਵਾਲੀ ਤੇ ਇਹ ਪ੍ਰੈਜ਼ੀਡੈਂਟ। ਚੋਕ ਖੜਕੇ ਕਮੇਟੀ ਨੇ ਜਿਹੜੀਆਂ ਜੋ ਪੇਸ਼ ਹੋਏ ਉਹਦੇ ਮੁਤਾਬਕ ਜੇ ਕਰਦੇ ਤੇ ਮੇਰੇ ਖਿਆਲ ਕਾਂਗਰਸ ਤੇ ਇਹ ਹਾਲਾਤ ਨਾ ਬਣਦੇ। ਔਰ ਜਿਸ ਵੇਲੇ ਬਾਅਦ ਚ ਜਿਹੜੀ ਗੱਲ ਆਈ। ਔਰ ਮੈਨੂੰ ਜਾਖੜ ਸਾਹਿਬ ਤੇ ਬੜਾ ਅਫਸੋਸ ਆ। ਕਿ ਯਾਰ ਦੇ ਕਿਨ ਲਾਰਨ ਦਾ ਕਪਾ ਉਸੋਲੇ ਗੋਨੇ ਨਾਲ ਰਾਹੁਲ ਗਾਂਧੀ ਤੇ ਤੁਰੇ ਫਿਰਦੇ ਆ ਉਹਦੇ ਉਹਦੇ ਚੌਪਰ ਚੋਂ ਪੈਰ ਨਹੀਂ ਬਾਹਰ ਕੱਢਿਆ ਜਦੋਂ ਉਹ ਚੰਠਾ ਉਹਦੇ ਨਾਲ ਬੈਠੇ ਹੁੰਦੇ ਸੀ ਤੇ ਉਹ ਸਿੱਧੂ ਸਾਹਿਬ ਵੀ ਬੈਠੇ ਹੁੰਦੇ ਚੰਨੀ ਜਦੋਂ ਆਇਆ ਉਹ ਚੰਨੀ ਨੇ ਕੀਤੀ ਇੱਕ ਗੱਲ ਉਹ ਇਹਨਾਂ ਦੋਨਾਂ ਨੇ ਕਹਿ ਉਹਨੇ ਕਹਿ ਦੇਣਾ ਸਿੱਧੂ ਨੇ ਕਹਿਣਾ ਇਥੇ ਲਾਲੀਪਾਪ ਦੇ ਰਿਹਾ ਬਿਲਕੁਲ ਗੱਲ ਠੀਕ ਹੈ ਕਿ ਚੰਨੀ ਇਹਨਾਂ ਨੀ ਮੰਨਦਾ ਉਹਕੇ ਚੰਨੀ ਨੇ ਕੰਮ ਵੀ ਠੀਕ ਕੀਤੇ ਆ ਕੇ ਜਿਹੜੇ ਬਿਜਲੀ ਦੇ ਡਿਫਾਲਟਰ ਸੀਗੇ 1500 ਕਰੋੜ ਉਹ ਹੁੰਦੇ ਆ ਮਾਫ ਕੀਤਾ ਬਿਜਲੀ ਦਾ 3 ਰੁਪਏ ਰੇਟ ਘਟਾਇਆ ਹੋਰ ਕਈ ਕੰਮ ਕੀਤੇ ਤੇ ਆਪਾਂ ਕਹਿੰਦੇ ਇਹਨਾਂ ਦੋਨਾਂ ਨੇ ਤੇ ਐਸਾ ਜੜੀ ਤੇਲ ਦਿੱਤਾ ਕਿ ਕਾਂਗਰਸ ਉੱਠ ਨਹੀਂ ਸਕੀ ਨਹੀਂ ਇਹਨਾਂ ਦੇ ਝਟਕਿਆਂ ਜੀ ਰੋਜ਼ ਕੋਈ ਕਿੰਨੇ ਵੋਲਟੇਜ ਦਾ ਝਟਕਾ ਵੱਜਦਾ ਕੋਈ ਕਦੀ ਵੱਜਦਾ ਸੀ ਯਾਰ ਇਹ ਕਹਿ ਲੈਣਾ ਇੱਕ ਮਿੰਟ ਹਾਂ ਸੁਨੀਲ ਜਕਰੋੜ ਦੋਨਾਂ ਦੇ ਇੱਕ ਚੀਜ਼ ਮੈਂ ਕਹਿ ਦੇਣਾ ਤੁਸੀਂ ਸਾਰਾ ਮੈਨੂੰ ਕਵਰ ਵੀ ਕਰ ਲਿਆ ਯਾਰ ਮੇਰੇ ਤੋਂ ਵੱਡੇ ਹਿਊਮਿਲੇਸ਼ਨ ਕਿੰਨੂ ਹੋਈ ਸੁਨੀਲ ਜਾਖੜ ਵਾਲ ਤੇ ਕੋਈ ਚੈਨਲ ਗਿਆ ਹੀ ਨਹੀਂ ਇਹਨੂੰ ਚੀਫ ਮਿਨਿਸਟਰ ਤੇਰਾ ਚੀਫ ਮਿਨਿਸਟਰ ਦਾ ਅਨਾਉਂਸ ਹੋ ਗਿਆ ਉਹ ਧੱਕੇ ਨਾਲ ਹੀ ਬਣੀ ਜਾਂਦਾ ਤੇ ਇਹਦਾ ਮਤਲਬ ਮੇਰੇ ਜੇ ਕਾਂਗਰਸ ਦਾ ਖੂਨ ਸੀ ਗੱਲ 100 ਸਾਲ ਹੋ ਗਏ ਮੇਰੇ ਪਰਿਵਾਰ ਨੂੰ ਇਸ ਪਾਰਟੀ ਦੇ ਵਿੱਚ ਰਹੇ ਦੇ ਨੂੰ ਤੇ ਇਹਨੂੰ ਇਹਨੂੰ ਇਕੱਲੇ ਨੂੰ ਚੜ ਗਈ ਜੇ ਇਹ ਕਹਿੰਦਾ ਕਿ Hindu ਮਾਰ ਦਿੱਤੇ ਮੈਂ Hindu ਕਰਕੇ ਨਹੀਂ ਬਣਿਆ ਭਾਈ ਸਾਹਿਬ ਤੁਹਾਨੂੰ ਜਾਖੜ ਸਾਹਿਬ ਹਿੰਦੂਆਂ ਨੇ ਉਥੋਂ ਲੱਗਿਓ ਪਠਾਨਕੋੜ ਤੋਂ ਲੈ ਕੇ ਦੀਨਾ ਨਗਰ ਤੱਕ ਹਾਰਦੇ ਆਇਓ ਤੇ ਜਦੋਂ ਸਿੱਖ ਆਏ ਨੇ ਉਹਨਾਂ ਤੇ ਨੂੰ ਜਿਤਾਇਆ ਜਦੋਂ 2019 ਚ ਇਲੈਕਸ਼ਨ ਆਇਆ ਸੁਨੀਲ ਜਾਖੜ ਸਿੱਖਾਂ ਦੀਆਂ ਸੀਟਾਂ ਤੋਂ ਜਿੱਤਿਆ ਹਿੰਦੂਆਂ ਨੇ ਠੋਕੇ ਭੇਜ ਅਥਲੇ ਤੱਕ ਤੇ ਫਿਰ ਸੈਕੂਲਰ ਅਸੀਂ ਹੋਏ ਕਿ ਸੁਨੀਲ ਜਾਖੜ ਇਹ ਕਮਨਲ 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 ਜਿਹੜੀ ਗੱਲ ਸੁਨੀਲ ਜਾਖੜ ਨੇ ਕੀਤੀ ਹਿੰਦੂਆਂ ਨੇ ਤੈਨੂੰ ਹਰਾ ਦਿੱਤਾ ਸੀ ਦੂਸਰੀ ਜਿਹੜੀ ਚੀਜ਼ ਹੈ ਵਾਕਈ ਇਹ ਜਾਖੜ ਨੇ ਇਹ ਕਿਹਾ ਸੀ ਉਦੋਂ ਕਿ ਐ ਕਿਉਂ ਵੰਡਿਆ ਜਾ ਰਿਹਾ ਪੰਜਾਬ ਉਹ ਧਰਤੀ ਨਹੀਂ ਹੈ ਇਹ ਵੰਡਿਆ ਹੀ ਕਿਸੇ ਨੇ ਨਹੀਂ ਵੰਡਿਆ ਨਹੀਂ ਕਿਸੇ ਇੱਥੇ ਦਲਤ ਇਸ਼ੂ ਲਿਆਉਣਾ ਸਿੱਖ ਇਸ਼ੂ ਲਿਆਉਣਾ ਜੱਟ ਲਿਆਉਣਾ ਇਹ ਜਾਖੜ ਨੇ ਕਿਹਾ ਵੰਡਿਆ ਜਦ ਦੁੱਖ ਤੇ ਮੈਨੂੰ ਸਭ ਹੋਣਾ ਚਾਹੀਦਾ ਜਿਹੜੀ ਸਭ ਤੋਂ ਵੱਡਾ ਜਲੂਸ ਕੱਢਿਆ ਦਿੱਲੀ ਹਾਈਕਵਾਰਟ ਨੇ ਤੇ ਨਾਲ ਮੈਂ ਪਾਰਟੀ ਛੱਡ ਜਾਂਦਾ ਜੇ ਅੱਜ ਮੈਂ ਬੈਠਾ ਹਾਂ ਜਾਂ ਮੇਰਾ ਪਰਿਵਾਰ ਸੀ ਤੇ ਕਾਂਗਰਸ ਕਰਕੇ ਮੇਰਾ ਨਾਂ ਦੀਆਂ ਵੋਟਾਂ ਪਈਆਂ ਸੀ ਜਾਂ ਨਹੀਂ ਪਈਆਂ ਜਾਖੜ ਕਹਿੰਦੇ ਪਈਆਂ ਸੀ ਪਤਾ ਨਹੀਂ ਇਹਨੂੰ ਐਡੀਆਂ ਪਈਆਂ ਹੋਣਗੀਆਂ ਸਾਨੂੰ ਤੇ ਪਤਾ ਨਹੀਂ ਨੇ ਜਾਖੜ ਨੇ ਫਿਰ ਕਿਹੜੇ ਜਾਖੜ ਨੇ ਅਮਰਪਾਲ ਗੱਲ ਇਹ ਅਸੀਂ ਚਲਾਈ ਸੀ ਸਭ ਤੋਂ ਪਹਿਲਾਂ ਜਦੋਂ ਅਸੀਂ ਚਲਾਈ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਪਰ ਮੁੜ ਕੇ ਜਾਖੜ ਨੇ ਇਹ ਗੱਲ ਉਹ ਖੁਦ ਕਹਤਾ ਜਯੋਵਿੰਦਰ ਮੇਰੀ ਇੱਕ ਗੱਲ ਸੁਣ ਯਾਰ ਕਿਹੜੀ ਮੀਟਿੰਗ ਦੇ ਵਿੱਚ ਅਮਰਿੰਦਰ ਸਿੰਘ ਦੇ ਅਗੇਂਸਟ ਤੁਸੀਂ ਸਟੈਂਡ ਲਿਆ ਜ ਸੁਨੀਲ ਜਾਖੜ ਨੇ ਅਹੀਂ ਪਹੀਂ ਲੰਘਦੇ ਹੁੰਦੇ ਸੀ ਸਾਰੀ ਕਿੱਥੇ ਲਿਆ ਸਟੈਂਡ ਉਹ ਬੰਦਾ ਕਰੇ ਗੱਲ ਕਿ ਜਿਹੜਾ ਕਹੇ ਕਿ ਮੈਂ ਲੈਂਦਾ ਰਿਆਂ ਤੇ ਮੇਰਾ ਰਾਈਟ ਬਣਦਾ ਇੱਕ ਵਾਰ ਉਹ ਮਿਲਣ ਗਏ ਉਹਨੂੰ ਰੋਕਿਆ ਗਿਆ ਉਹ ਛੱਡ ਕੇ ਆਗੇ ਸੀ ਜਾਖੜ ਸਾਡੇ ਯਾਦ ਆ ਸੈਕਟਰੀਏਟ ਗਏ ਸੀਗੇ ਸੀਐਮ ਦੇ ਕਮਰੇ ਜਾਣਾ ਸੀ ਫੇਰ ਦੁਬਾਰਾ ਵੀ ਚਲੇ ਗਏ ਸੀ ਉਹ ਦੁਬਾਰਾ ਬੁਲਾਇਆ ਗਿਆ ਉਹਨਾਂ ਨੇ ਕਿੰਨੂ ਕਮਾਲ ਹੋ ਗਿਆ ਫੇਰ ਜਦ ਮੈਂ ਤੇ ਅਸਤੀਫਾ ਦੇ ਕੇ ਨਿਕਲਿਆ ਸੀ ਤੇ ਜਾਖੜ ਸਾਹਿਬ ਨੇ ਜਦੋਂ ਕੀਤਾ ਤੇ ਬਾਅਦ ਜਿਹੜਾ ਕਹਿੰਦਾ ਤੇਰੀ ਮੈਂ ਆਈਡੀ ਵੀ ਮੈਂ ਤੇਰੀ ਲਾਈ ਆ 2022 ਦੀ ਇਹ ਹੋਈ ਹੈ ਨਾ ਤੇ ਉਹ ਫੇਰ ਪਰ ਉਹਨਾਂ ਵਾਲੀ ਮੀਟਿੰਗ 'ਚ ਵੀ ਹੋਇਆ ਸੀਗਾ ਕਿ ਜਾਖੜ ਨੇ ਕਿਹਾ ਸੀ ਤੁਹਾਨੂੰ ਜਦੋਂ ਜਦੋਂ ਕੈਪਟਨ ਨਾਲ ਲੜਾਈ ਹੋ ਤੁਸੀਂ ਤੁਹਾਨੂੰ ਕਹਿਆ ਸੀਗਾ ਕਿ ਹੰਦਪਾਪ ਸਾਹਿਬ ਹੁਣ ਕੀ ਕਰ ਦਵਾਂ ਲਿਖੋ ਅਸਤੀਫਾ ਤੇ ਜਿਹੜਾ ਤੁਸੀਂ ਉਹ ਫਾਰਮਲੀ ਅਸਤੀਫਾ ਇਹਨਾਂ ਨੇ ਜੇਸੂ ਕੇ ਛੋਡੀ ਦਾ ਨਾਮ ਇਹਨੂੰ ਤੇ ਆਪਣੀ ਪੀੜ ਸੀਗੀ ਕਿ ਛੋਡੀ ਜਦੋਂ ਵਿੱਚ ਆਉਂਦਾ ਤੇ ਮੈਂ ਕੋਈ ਕੋਈ ਕੀਤਾ ਕਿ ਛੋਡੀ ਨੇ ਆਖਿਆ ਤੇ ਉੱਥੇ ਪੈ ਗਿਆ ਕਿ ਮੈਂ ਅਸਤੀਫਾ ਦੇਣਾ ਤੇ ਮੈਂ ਉੱਥੇ ਮੈਂ ਬੜਾ ਲੌਜੀਕਲੀ ਮੈਂ ਪੈਂਦੀ ਛੱਡੇ ਨਹੀਂ ਅਸਤੀਫਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਜਾਖੜ ਨੇ ਕਿਹਾ ਸੀ ਇੱਕ ਬੜੀ ਬੜੀ ਸੁਣ ਲਓ ਇਹਨਾਂ ਤੇ ਸਾਰੇ ਨੂੰ ਕਿਹਾ ਸੀ ਅੱਛਾ ਸਭ ਨੂੰ ਕਹਿ ਅਸਤੀਫਾ ਕਿ ਇੱਥੇ ਬੈਠੇ ਨੇ ਤੁਹ ਆਪ ਵੀ ਜਦੋਂ ਕਹਿ ਰਹੇ ਤਾਂ ਕਿ ਮੈਂ ਤੇ ਆ ਬੈਠਾ ਮੈਂ ਤੇਰੀ ਫੋਟੋ ਤੇਰੀ ਲਾਈ ਕਿਸੇ ਨੇ ਅਜ ਪੰਜਾਬ ਚ ਨਹੀਂ ਲਾਈ ਅਜੇ ਤੱਕ ਕਿ ਆਉਣ ਵਾਲਾ ਸੀਐਮ ਜਿਹੜਾ ਸਾਡਾ ਸੀਐਮ ਸਾਡਾ ਪਰਨੇ ਕੀ ਹੋ ਜਾ ਕੋਈ ਵਰਡ ਸੀਗਾ ਤਾਂ ਤੋ ਆ ਵੇਖੋ ਜੀ ਮੈਂ ਡੀਪੀ ਵੀ ਤੁਹਾਡੀ ਲਾਈ ਆ ਤੇ ਉਹਦੇ ਚ ਕੀ ਲਾ ਗਿਆ ਮੈਂ ਉੱਥੇ ਅਮਰਿੰਦਰ ਸਿੰਘ ਨੂੰ ਕਿਹਾ ਕਿ ਸਟੇਟਮੈਂਟ ਮੇਰੀ ਹੈਗਾ ਕਿ ਇਹਨਾਂ ਨੂੰ ਕੰਨ ਕਹੀ ਜਾਂਦੇ ਹੋ ਸਟੇਟਮੈਂਟ ਮੇਰੀ ਹੈ ਮੈਨੂੰ ਕਰੋ ਡਿਸਮਿਸ ਨਹੀਂ 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 ਜੇ ਉਹ ਮੈਂ ਕਹਿਆ ਲੋਸਟਿਫਾ ਲੈ ਲੋ ਜੇ ਨਹੀਂ ਡਿਸਮਿਸ ਕਰਨਾ ਤੇ ਜਾਖੜ ਸਾਹਿਬ ਤੇ ਉਸ ਵੇਲੇ ਨਾਲ ਤੁਰਪੇ ਮੈਂ ਤੇ ਫੇਰ ਆਪਣੇ ਸਟੈਂਡ ਤੇ ਖੜਾ ਰਿਆ ਮੈਨੂੰ ਦਿੱਲੀ ਵਾਲਾ ਕਿਹਾ ਨਹੀਂ ਤੇਰਾ ਐਕਸੈਪਟ ਕਰਨ ਤਾਂ ਕਿ ਆਫਿਸ ਜੁਆਇਨ ਕਰ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ 5 5-6 ਦਿਨ ਤੇ ਮੈਂ ਵੀ ਜਾ ਕੇ ਆਫਿਸ ਨਹੀਂ ਜੁਆਇਨ ਕੀਤਾ ਤੇ ਮੈਂ ਤੇ ਕੀਤਾ ਕੈਪਟਨ ਸਾਹਿਬ ਨੂੰ ਪੁੱਛ ਲਉ ਮੈਨੂੰ ਕਹਿੰਦੇ ਅਰੇ ਕਿ ਆਪਾਂ ਇਕੱਠੇ ਲਈ ਮੈਂ ਜੋਂ ਆਪਣਾ ਕੰਮ ਖਤਮ ਹੋ ਗਿਆ ਮੇਰਾ ਸਤੀਫਾ ਵਾ ਤੁਹਾਡੇ ਕੋਲ ਪਿਆ ਹਾਈ ਕਮਾਂਡ ਨੇ ਮੈਨੂੰ ਕਿਹਾ ਮੈਂ ਆਫਿਸ ਜੁਆਇਨ ਕਰਾਂਗਾ ਪਰ ਤੁਹਾਡੇ ਨਾਲ ਨਹੀਂ ਮੈਂ ਚੱਲੂਗਾ ਤੁਸੀਂ ਜਿਸ ਦਿਨ ਮਰਜ਼ੀ ਮੈਨੂੰ ਮਿਨਿਸਟਰੀ ਚੋਂ ਕੱਢ ਦਿਓ ਕਾਂਗਰਸ ਦੋ ਜਾਨੇ ਨੇ ਰਾਈਆ ਸਿੱਧੂ ਤੇ ਜਾਖੜ ਨੇ ਜਿਹੜੂ ਜਾਖੜ ਨੂੰ ਬੁਲਾ ਲਓ ਬਾਕੀ ਸਾਰਿਆਂ ਦਾ ਮੇਚੋ ਦੇ ਚ ਕਹਾ ਯਾਰ ਜੇ ਵੇਖੋ ਪ੍ਰੇਂਕਾ ਕਾਂਦੀ ਬੈਠੀ ਹੋਈ ਧੂਰੀ ਜਾਵੇ ਤੇ ਪੀਸੀਸੀ ਪ੍ਰੈਜ਼ੀਡੈਂਟ ਕਿ ਮੈਂ ਬੋਲਣਾ ਹੀ ਨਹੀਂ ਤੇ ਪ੍ਰੇਂਕਾ ਕਾਂਦੀ ਦੂਜੇ ਦਿਨ ਉਹਦੀ ਕੈਂਪੇਨ ਤੇ ਚਲੀ ਜਾਂਦੀ ਆ ਫਿਰ ਕਿਤੇ ਨਾ ਕਿਤੇ ਤੇ ਡਿਸਪਲਿਨ ਹਾਈ ਕਮਾਂਡ ਨੂੰ ਤੇ ਦਿਖਾਉਣਾ ਪੈਣਾ ਸੀ ਇਹ ਤੇ ਨਹੀਂ ਕਹਿ ਗਏ ਕਿ ਜਿਹੜਾ ਮਰਜੀ ਵੜ ਗਿਆ ਤੇ ਜਿਹੜਾ ਮਰਜੀ ਨਿਕਲ ਗਿਆ ਕਾਂਗਰਸ ਖਤਮ ਇਸੇ ਕਰਕੇ ਹੋਈ ਆ ਕਿ ਅਸੀਂ ਵੇਖਿਆ ਹੀ ਨਹੀਂ ਕਿ ਲੋਇਲਿਸਟ ਕੌਣ ਨੇ ਤੇ ਕਾਂਗਰਸੀ ਕੌਣ ਨੇ ਅਸੀਂ ਬਾਹਰ ਲੈਣੋਂ ਜ਼ਿਆਦਾ ਟੋਚੋ ਕਿ ਹੁਣ ਦੇਖ ਰਹੀਏ ਕਿਤੇ ਕਾਂਗਰਸ ਨੂੰ ਜਿਹੜੀ ਹੁਣ ਤੁਹਾਡੀ ਇੰਟਰਨਲ ਲੜਾਈ ਆ ਜਾਂ ਹੁਣ ਇੰਟਰਨਲ ਚੱਲ ਰਿਹਾ ਫਾਈਟ ਆ ਕਿ ਗਰੁੱਪ ਤਾਂ ਹੁਣ ਵੀ ਬਣੇ ਹੋਏ ਨੇ ਕਿ ਕੀ ਹੁਣ ਤੁਸੀਂ ਮੈਂ ਇਹ ਕਹਾਂ ਤਾਂ ਹੀ ਕਹਣਾ ਰਵਾਈਵਲ ਉਦੋਂ ਹੁੰਦਾ ਜਦੋਂ ਕੋਈ ਇੱਕ ਲੀਡਰ ਦੀ ਗਵਾਈ 'ਚ ਸਾਰੇ ਅੱਗੇ ਵਧਦੇ ਨੇ ਜਦੋਂ ਸਾਰੇ ਐ ਚੱਲ ਪੈਣਗੇ ਕੋਈ ਇਧਰ ਨੂੰ ਚੱਲਿਆ ਕੋਈ ਇਧਰ ਨੂੰ ਚੱਲਿਆ ਕੋਈ ਇਧਰ ਨੂੰ ਚੱਲੇਗਾ ਕਾਂਗਰਸ ਦਾ ਹਾਲ ਤਾਂ ਹੁਣ ਵੀ ਇਹ ਆ ਧੰਨ ਮੈਂ ਦੱਸਦਾ ਮੈਂ ਦੋ ਐਮਐਲਏ ਦੇ ਨਾਂ ਵੀ ਲੈ ਦੇਣਾ ਬਰਿੰਦਰ ਮੀਤ ਪਾੜਾ ਔਰ ਬਾਵਾ ਹਿੰਦਰੀ ਅਸੀਂ ਦਿੱਲੀ ਗਏ ਆ ਜਦੋਂ ਸੈਕਟਰੀਕ ਨੂੰ ਮਿਲੇ ਉਹਨਾਂ ਕਹਿੰਦੇ ਰੰਦਾਵਾ ਸਾਹਿਬ ਆਪਕੋ ਹਮ ਸੀਐਲਪੀ ਲੀਡਰ ਬਣਾ ਰਹੇ ਆ ਮੈਂ ਕਹਿੰਦਾ ਜੀ ਮੈਂ ਨਹੀਂ ਬਣਨਾ ਮੈਂ ਡੈਪਟੀ ਸੀਮ ਰਹਿ ਗਿਆ ਹਾਂ ਹਮਾਰੇ ਟਾਈਮ ਮੇ ਕਾਂਗਰਸ ਆ ਰਹੀ ਹੈ ਉਸਕੀ ਰਿਸਪੌਂਸਿਬਿਲਟੀ ਹਮਾਰੀ ਬਣਤੀ ਹੈ ਆਪ ਕਿਸੇ ਕੋਈ ਵੀ ਬਣਾ ਦਿਓ ਫਿਰ ਮੈਂ ਦੁਬਾਰਾ ਮੈਸੇਜ ਕੀਤਾ ਜਿੱਦਣ 9 ਤਰੀਕ ਨੂੰ ਕਿਹੜਾ ਕਿਹੜਾ ਬਿੰਦਾ ਸੀ ਜਦੋਂ ਕਹਿੰਦਾ ਮੈਂ ਫਿਰ ਦੁਬਾਰਾ ਮੈਸੇਜ ਕੀਤਾ ਕਿ ਮੈਂ ਨਹੀਂ ਬਣਨਾ ਤੇ ਇਹਦੇ ਤੋਂ ਵੱਡੀ ਸੈਕਟਿਫਾਈਸ ਕੀਤੀ ਹੈ ਜੀ ਕਿ ਮੈਂ ਸਾਰੇ ਦੇ ਪਿੱਛੇ ਲੱਗਣ ਨੂੰ ਤਿਆਰ ਹਾਂ ਕਾਂਗਰਸ ਬਚਣੀ ਚਾਹੀਦੀ ਆ ਪਰ ਹੁਣ ਵੀ ਅਸੀਂ ਦੇਖਦੇ ਆਂ ਕਿ ਕੋਈ ਕਹਿੰਦਾ ਯਾਰ ਨਾਰੇ ਮਾਰ ਦੋ ਕੋਈ ਨਾਰੇ ਨਹੀਂ ਮਾਰਦਾਗਾ ਪਿੱਛੇ ਖੜੇ ਮੇਰੇ ਖਿਆਲ ਵਿੱਚ ਵਿਕਰਮ ਤੁਹਾਡਾ ਉੱਥੇ ਹੀ ਹੁੰਦਾ ਉਹਨੂੰ ਪੁੱਛੋ ਮੇਰੇ ਖਿਆਲ ਦੂਸਰਾਂ ਵੱਧ ਜ਼ੋਰ ਚ ਅਸੀਂ ਮਾਰਦੇ ਆਂ ਤੋਂ ਇਸ ਕਰਕੇ ਕਾਂਗਰਸ ਤੁਹਾਨੂੰ ਕੀ ਲੱਗਦਾ ਇਹ ਜਿਹੜੀ ਕੋਈ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਆ ਇਹ ਕਾਂਗਰਸ ਨੂੰ ਰਵਾਈਵਲ ਬਲ ਲਿਆ ਸਕਦੀ ਹੈ ਕ੍ਰਾਈਸਿਸ ਚੋਂ ਕੱਢ ਸਕਦੀ ਹੈ ਜਾਂ ਤੁਹਾਨੂੰ ਲੱਗਦਾ ਕੋਈ ਚੇਂਜਸ ਵੀ ਲੋੜ ਆਉਣ ਲੱਗ ਪਤਾ ਪ੍ਰਤਾਪ ਬਾਜਵੇ ਦਾ ਪੀਸੀਸੀ 'ਚ ਕਿਹਨਾਂ ਕਿ ਬੇਸ਼ੱਕ ਸਾਡੇ ਤੋਂ ਛੋਟਾ ਇਹ ਸਾਡਾ ਪ੍ਰਧਾਨ ਇਹਦੇ ਪਿੱਛੇ ਲੱਗੇ ਚੱਲਾਂਗੇ ਸੁਖਜਿੰਦਰ ਸਿੰਘ ਰਤਾਵਾ ਕਹਿੰਦਾ ਕਿ ਸਾਡੇ ਤੋਂ ਰਾਜਾ ਵੜਿੰਗ ਛੋਟਾ ਸੀ ਇਹਦੇ ਨਾਲ ਤੋ ਜਿੱਥੇ ਵੀ ਉਹ ਬੈਂ ਤੇ ਰਾਜਾ ਵੜਿੰਗ ਉਹ ਪ੍ਰਤਾਪ ਵਾਜਾ ਇਕੱਠੇ ਗਲੋਤੇ ਤੇ ਸਾਡੇ 'ਚ ਹੁਣ ਲੜਾਈ ਹੈ ਨਹੀਂ ਇਹੋ ਹੁੰਦੀ ਨਾ ਕਿ ਇਨ੍ਹਾਂ ਇਨ੍ਹਾਂ ਦੀ ਲੜਾਈਆਂ ਜੀ ਆਪਸੇ ਬਾਜਵੇ ਦੀਆਂ ਸਾਡੀਆਂ ਤੇ ਸਾਡੀ ਬਿਲਕੁਲ ਕੋਈ ਲੜਾਈ ਨਹੀਂ ਕਾਂਗਰਸ ਨੂੰ ਅੱਗੇ ਲੱਗੇ ਕਾਂਗਰਸ ਨਹੀਂ ਮੈਂ ਕਹਿੰਦਾ 2027 ਤੱਕ ਤੁਹਾਨੂੰ ਲੱਗਦਾ ਪ੍ਰਧਾਨਗੀ ਤੇ ਜਿਹੜੀ ਹੈ ਸੀਐਲਪੀ ਚੱਲਦੀ ਰਹੇਗੀ ਬਿਲਕੁਲ ਇਕੱਠੀ ਚਲੇਗੀ ਇਹਦੇ 'ਚ ਕੋਈ ਉਹ ਜਿਹੀ ਚੀਜ਼ ਨਹੀਂ ਹੋਣੀ ਇੱਕ ਦੂਸਰੀ ਚੀਜ਼ ਤੁਹਾਨੂੰ ਮੈਂ ਦੱਸ ਦੇਣੀ ਚਾਹੁੰਦਾ ਕਹਿੰਦੇ ਕਾਂਗਰਸ ਦੀ ਨਹੀਂ ਪੰਜਾਬ ਬਚਾਉਣ ਦੀ ਵੀ ਗੱਲ ਕਰਦੇ ਆ ਕਿ ਜੋ ਹਾਲਾਤ ਬਣਦੇ ਜਾ ਰਹੇ ਨੇ ਯਾਰ ਜਿਹੜੀ ਵਿਧਾਨ ਸਭਾ ਚ ਜੋ ਕੱਲ ਹੋਇਆ ਜੋ ਇਨੀ ਬਾਇਸਡ ਬੜੇ ਹੀਟਡ ਆਰਗੂਮੈਂਟ ਹੋਏ ਨੇ ਹੀਟਡ ਆਰਗੂਮੈਂਟ ਹੀਟਡ ਤੇ ਕੋਈ ਆਰਗੂਮੈਂਟ ਹੋਏ ਹੀਟਡ ਆਰਗੂਮੈਂਟ ਸਾਡੇ ਅਕਾਲੀ ਦਲ ਨਾਲ ਔਰ ਆਮ ਆਦਮੀ ਪਾਰਟੀ ਨਾਲ ਜਿਹਨੇ ਹੁੰਦੇ ਸੀ ਤੁਸੀਂ ਕਵਰ ਕਰਦੇ ਰਹੇ ਹੋ ਕਦੀ ਇਹੋ ਜੀ ਚੀਜ਼ ਆਈ ਕਿ ਇੰਨਾ ਐਰੋਗੈਂਟ ਸਪੀਕਰ ਹੋ ਜੇ ਕਿ ਸਪੀਕਰ ਬੜਾ ਨਾਨ ਪੋਲੀਟੀਕਲ ਬਣ ਜਾਂਦਾ ਪੁਰਾਣੇ ਜਿਹੜੀ ਪਾਰਟੀ ਹੁੰਦੀ ਸੀ ਉਦੋਂ ਸਪੀਕਰ ਜਿਹੜਾ ਮੈਂਬਰਸ਼ਿਪ ਛੱਡ ਦਿੰਦਾ ਕਿ ਮੈਂ ਹੁਣ ਤੁਹਾਡਾ ਨਹੀਂ ਮੈਂ ਹੁਣ ਸਾਂਝਾ ਹੌਸਟਲ ਸਾਂਝਾ ਕਦੀ ਪੋਲੀਟੀਕਲ ਪਾਰਟੀ ਦੀ ਮੀਟਿੰਗ اٹੈਂਡ ਨਹੀਂ ਸੀ ਕਰਦੇ ਤੇ ਆਪਾਂ ਜੇ ਇਹ ਵੀ ਤੁਸੀਂ ਆ ਵੇਖਦੇ ਹੋ ਨਾ ਕਿ ਰਾਣਾ ਕੇਪੀ ਕਦੀ ਪੋਲੀਟੀਕਲ ਸਾਡੀ ਮੀਟਿੰਗ ਚ ਨਹੀਂ ਸੀ ਆ ਜਿਹੜਾ ਪਰ ਰਾਣਾ ਕੇਪੀ ਤੇ ਵੀ ਤਲਜ਼ਾਮ ਲੱਗਦੀ ਰਹੇ ਨੇ ਵੀ ਕਹਿੰਦੇ ਸੀਗੇ ਬੋਲਾ ਸਪੀਕਰ ਤੂੰ ਇਹੋ ਹੀ ਕਹਿੰਦੇ ਸੀ ਗੁਲਾਮ ਸਪੀਕਰ ਸਰਕਾਰੀ ਸਪੀਕਰ ਤੂੰ ਸੰਵਿਧਾਨ ਸਭਾ ਚ ਨਾਰੇ ਲੱਗਦੇ ਰਿਹਾ ਤੁਹਾਡੇ ਸਾਹਮਣੇ ਲੱਗਦੇ ਰਹੇ ਨੇ ਉਹ ਮੈਨੂੰ ਆਪਣੇ ਗੱਲ ਦਾ ਗਵਾਹ ਮੈਂ ਮੈਲਟ ਕਰੂੰਗਾ ਕਿਹਾ ਕਿ ਹਾਂ ਕਿ ਨਾ ਟਾਈਮ ਮਿਲਦਾ ਹੁੰਦਾ ਸੀ ਇਹਨਾਂ ਦੇ 8-10 ਬੰਦੇ ਹੀ ਰਹਿ ਗਏ ਸੀ ਕਿੰਨਾ ਮਿਲਦਾ ਸੀ اپੋਜੀਸ਼ਨ ਨੂੰ ਟਾਈਮ ਕਦੀ ਸਪੀਕਰ ਨੇ ਰੋਕਿਆ ਹੀ ਨਹੀਂ ਪਿਛੋਂ ਡੌੜੀ ਪਾ ਲੈਨੇ ਕਿ ਇਹਨਾਂ ਦਾ ਟਾਈਮ ਖਤਮ ਹੋ ਗਿਆ ਸਪੀਕਰ ਸਾਹਿਬ ਬੱਸ ਕਰੋ ਤੇ ਕਦੀ ਸਪੀਕਰ ਨੇ ਇਦਾਂ ਦੇ ਆਰਡਰ ਨਹੀਂ ਸੀ ਕਿ ਕਿ 2 ਮਿੰਟ ਚ ਜਿੰਦਾਬਾਦ ਮਰਦਾਬਾਦ ਕਰਾਂ ਮਾਰਸ਼ਲ ਨੂੰ ਕੱਢੋ ਬਾਹਰ ਇਹਨਾਂ ਨੂੰ ਕਦੀ ਯਾਰ ਇਹ ਤਾਂ ਕਈ ਵਾਰਾ ਹੋ ਗਿਆ ਕਦੀ ਸਪੀਕਰ ਨੂੰ ਮੇਲੇ ਬਾਅਦ ਚੋ ਗੱਲ ਕੀਤੀ ਸਪੀਕਰ ਨਾਲ ਮਤਲਬ ਤੁਸੀਂ ਵਫਾ ਲੈ ਕੇ ਕਾਂਗਰਸ ਜਾ ਸਕਦੇ ਹੋ ਕਿ ਕੀ ਹੋ ਰਿਹਾ ਹੈ ਕਿਉਂ ਜਾਣਾ ਯਾਰ ਇਹੋ ਹੀ ਸਪੀਕਰ ਸਾਹਿਬ ਤੁਸੀਂ ਮੇਰੇ ਖਾਲੇ ਵੇਖਦੇ ਹੋਣੇ ਹੋ ਅਸੀਂ ਗਵਰਨਮੈਂਟ ਚ ਸੀ ਕਿ ਸਪੀਕਰ ਸਾਹਿਬ ਸੰਧਵਾ ਸਾਹਿਬ ਜਾਂ ਦੂਜੇ ਐਮ.ਐਲ.ਏ ਆਮ ਆਦਮੀ ਪਾਰਟੀ ਦੇ ਕਿੰਨੇ ਸਾਡੇ ਕੋਲ ਕੰਮ ਦੇ ਖਿਹੜੇ ਮਾਥੇ ਮਿਲਦੇ ਸੀ ਇਹ ਹੁੰਦੀ ਆ ਪੋਲਿਟਿਸ਼ੀਅਨ ਦੀ ਪਛਾਣ ਕਿ ਸਟੇਟ ਬਚਾਉਣੀ ਹੁੰਦੀ ਆ ਤੇ ਇੱਕ ਦੂਜੇ ਦਾ ਬੜਖੇ ਦਾ ਪੋਲਿਟਿਕਲ ਵਿਰੋਧ ਹੁੰਦਾ ਪਰ ਕਦੀ ਹਾਊਸ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਹੋਇਆ ਕਿ ਕਬੱਡੀ ਤੋਂ ਵੱਧ ਜਾਂ ਡਾਂਗ ਛੋਟੇ ਤੇ ਅਜੇ ਇਹ ਵਾਕਿਆ ਹੀ ਬੜਾ ਕੱਲ ਕਿਹੜਾ ਮਾੜਾ ਦਿਨ ਸੀਗਾ ਤੁਹਾਨੂੰ ਲੱਗਦਾ ਕੱਲ ਕਬੱਡੀ ਦੀ ਡਾਂਕ ਸੁੱਟੇ ਵਾਲਾ ਦਿਨ ਸੀ ਵਿਧਾਨ ਸਭਾ ਵਿੱਚ ਤੁਹਾਨੂੰ ਯਾਦ ਹੀ ਵੇਖ ਲਓ ਤੁਸੀਂ ਉੱਥੇ ਹੀ ਸੀ ਹੂੰ ਤੁਸੀਂ ਉੱਥੇ ਹੀ ਸੀ ਜਿੱਦਾਂ ਦੇ ਉੱਥੇ ਉੱਥੇ ਉਹ ਕਰਨ ਲੱਗੇ ਸੀ ਯਾਰੇ ਪਾਰਲੀਮੈਂਟਰੀਅਨ ਦਾ ਕੰਮ ਹੈ ਡਿਬੇਟਸ ਹੀ ਚੱਲਦੀਆਂ ਨੇ ਸਾਡੇ ਕਿੰਨੇ ਤੁਸੀਂ ਵੇਖਦੇ ਰਹੇ ਹੋ ਬਿਕਰ ਮਜੀਠੀਆ ਦੇ ਅਸੀਂ ਬਾਰ-ਬਾਰ ਕਹੇ ਸਪੀਕਰ ਸਾਹਿਬ ਕਿ ਲੀਡਰ ਆਫ ਦੀ ਹਾਊਸ ਜਦੋਂ ਕੈਪਟਨ ਸਾਹਿਬ ਵੀ ਬੋਲਦੇ ਹੁੰਦੇ ਸੀ ਮੇਰੇ ਯਾਦ ਆ ਸਾਰੇ ਚੁੱਪ ਸ਼ਾਂਤ ਹੋ ਕੇ ਸੁਣਦੇ ਸੀ ਮੈਂ ਤਾਂ ਬੜੇ ਸੈਸ਼ਨ ਗਲਤ ਸੁਣ ਲਿਆ ਮਾੜਾ ਮੋਟਾ ਚੱਲਦਾ ਰਹਿੰਦਾ ਸੀਗਾ ਐ ਨਹੀਂ ਕਿ ਬਹੁਤ ਵੱਡੇ ਮੁੱਦਿਆਂ ਤੇ ਕਾਲੀ ਦਲ ਕਰਦਾ ਵੀ ਰਿਹਾ ਜਦੋਂ ਵੱਡੇ ਬਾਲ ਸਾਹਿਬ ਬੋਲਦੇ ਸੀਗੇ ਹਾਊਸ ਆਫ ਦੀ ਲੀਡਰ ਜਦੋਂ ਬੋਲਦਾ ਤਾਂ ਤਕਰੀਬਨ ਸੁਣ ਲੈਂਦੇ ਸੀ ਬਹੁਤ ਸਾਰੀਆਂ ਚੀਜ਼ਾਂ ਵਾਰੀ ਦੇਖਿਆ ਮੈਂ ਬਹੁਤ ਸਾਰੀ ਵਾਰੀ ਵਿਰੋਧ ਵੀ ਦੇਖਿਆ ਪਰ ਬਹੁਤ ਸਾਰਾ ਵਾਰ ਐ ਵੀ ਦੇਖਿਆਗਾ ਸੀ ਲੱਗਦਾ ਨਾਲ ਕੋਲ ਇੱਕੋ ਚੀਜ਼ ਪੁੱਛੀ ਕਿ ਜ਼ੀਰੋ ਆਰ ਦੇ ਦੋ ਉਹਦਾ ਰਾਈਟ ਬੰਦਦਾ ਸੀ ਕੁਐਸਚਨ ਆਰ ਤੇ ਕਦਮ ਕਰ ਦਿੱਤਾ ਨਹੀਂ ਪਿਛਲੇ ਸੈਸ਼ਨ ਚ ਵੀ ਨਹੀਂ ਆ ਤੇ ਇਸ ਚ ਵੀ ਨਹੀਂ ਆਇਆ ਜਿਹੜਾ ਪਿੱਛੇ ਵੀ ਬੁਲਾਇਆ ਸੀ ਉਹਦੇ ਨੂੰ ਕਹਿੰਦੇ ਜੀ ਨਹੀਂ ਕੁਐਸਚਨ ਆਰ ਅੱਜ ਨਹੀਂ ਲੱਗਦਾ ਐਤ ਕਿਉਂ ਨਹੀਂ ਬੰਦ ਪਿਛਲੀ ਵਾਰ ਇਹ ਵੀ ਬੰਦ ਤੇ ਫੇਰ ਸਾਡੇ ਜਿਹੜੀਆਂ ਨੇ ਸਵਾਲਾਂ ਦੇ ਜਵਾਬ ਕੌਣ ਦੇਗਾ ਸੀਐਮ ਨੇ ਕਿਹਾ ਕਿ ਅਸੀਂ ਤਾਂ ਸੈਸ਼ਨ ਵਧਾਤਾ ਨਹੀਂ ਸੈਸ਼ਨ ਵਧਾ ਕੇ ਸਤੇ ਇਲਜ਼ਾਮ ਲੱਗਦਾ ਸੀਗਾ ਕਿ ਸੈਸ਼ਨ ਲੰਬਾ ਨਹੀਂ ਕਰਦੀ ਸੀਐਮ ਕਹਿ ਰਹੇ ਕਿ ਅਸੀਂ ਕਰਤਾ ਯਾਦਵਿੰਦਰ ਜੀ ਸੈਸ਼ਨ ਦਾ ਸਿਰਫ ਆਪਣੇ ਸੋਲੇ ਆਪੇ ਹੀ ਕੌਣ ਨਹੀਂ ਲਾਉਣਾ ਕਿ ਆਪੋ ਜੀ ਜੰ ਦੇ ਜਦੋਂ ਸਵਾਲ ਆਉਣਗੇ ਦੂਸਰਾ ਐਮਐਲਏ ਦੇ ਆਉਣਗੇ ਪਬਲਿਕ ਨੇ ਉਹ ਦੇਖਣੇ ਨੇ ਨਾ ਕਿ ਆਪਣੇ ਪੇਠਾ ਪੇ ਥਪਤਬਾਈ ਜਾਣੀ ਉਥੇ ਮੈਨੂੰ ਇੱਕ ਚੀਜ਼ ਦੱਸੋ ਹਿਸਟਰੀ ਪੰਜਾਬ ਦੀ ਚ ਇੰਡੀਆ ਦੀ ਹਿਸਟਰੀ ਚ ਹਮੇਸ਼ਾ ਹੀ ਪਹਿਲੋਂ ਨੋ ਕੌਨਫੀਡੈਂਸ ਮੋਸ਼ਨ ਆਉਂਦਾ ਕਿ ਅੱਜ ਜਦਵਿੰਦਰ ਸਿੰਘ ਨੂੰ ਜੀ ਨਹੀਂ ਵੋਟਾਂ ਪੈ ਰੀਆਂ ਤੇ ਐਮਐਲਏ ਟੁੱਟ ਕੇ ਇੱਕ ਪਾਸੇ ਬੈਠ ਕੇ ਗਵਰਨਰ ਸਾਹਿਬ ਵੱਲੋਂ ਆਉਂਦਾ ਕਿ ਜਾ ਕੋਈ ਐਮਐਲਏ ਇਕੱਠੇ ਹੋ ਕੇ ਕਹਿੰਦੇ ਜਾ ਅਸੀਂ ਸੁਖਜਿੰਦਰ ਸਿੰਘ ਰੰਦਾਵਾ ਜਾਂ ਜਾਤਵਿੰਦਰ ਸਿੰਘ ਨੂੰ ਆਪਣਾ ਮੁੱਖ ਮੰਤਰੀ ਆਪਣਾ ਲੀਡਰ ਆਫ ਦਾ ਪਾਰਟੀ ਚੁਣ ਕੇ ਲੈਂਦਾ ਉਹ ਕਹਿੰਦਾ ਜੀ ਲੀਡਰ ਸਾਫ ਤੁਸੀਂ ਸੌ ਚੱਕੋ ਤੇ ਪੰਜਾਂ ਦਿਨਾਂ ਨੂੰ ਆਪਣੇ ਜਿਹੜਾ ਹਾਊਸ ਜਿਹੜਾ ਕੌਨਫੀਡੈਂਸ ਦਿਖਾਓ ਇਹ ਤੇ ਹੁੰਦਾ ਕੌਨਫੀਡੈਂਸ ਉਹ ਯਾਰ ਇਹ ਕਾਦਾ ਕੌਨਫੀਡੈਂਸ ਆ 25000 ਸਾਨੂੰ ਟੈਲੀਫੋਨ ਆਇਆ 25000 ਆਪੇ ਹੀ ਕਰ ਲਏ ਆਪੇ ਹੀ ਉਹਦਾ ਕਹਿ ਦਿੱਤਾ ਕਿ ਆ ਚੀਜ਼ ਹੋ ਗਈ ਐਫ ਆਈ ਆਰ ਕੋਈ ਹੋਈ ਨਹੀਂ ਬੰਦਾ ਕੋਈ ਲਿਆਂਦਾ ਨਹੀਂ ਕੱਲ ਦਾ ਇੱਕ ਹੋਰ ਹੈਰਾਨੀ ਦੀ ਗੱਲ ਕੱਲ ਪਠਾਨ ਮਾਜਰਾ ਸਾਹਿਬ ਐ ਮਿਲੇ ਦਾ ਉਹ ਤੇ ਸਿਰਾਈ ਲਾਗੇ ਨੇ ਗੱਲ 100 ਕਰੋੜ ਰੁਪਿਆ ਕਮਾਲੀ ਹੋ ਗਈ ਯਾਰ ਉਹ 100 ਕਰੋੜ ਦਾ ਕਹਿ ਕੇ ਨੇ ਮੈਨੂੰ ਤੇ ਏਡੇ ਤੇ ਨਾਲ ਝੂਠੀ ਸੌਂਖਾ ਗਿਆ ਉਹਨੂੰ ਮੈਂ ਕਹਿਣਾ ਚਾਹੁੰਦਾ ਮੇਰੇ ਦਰਸ਼ਕ ਨੇ ਵੀ ਝੂਠੀ ਸੌਂਖਾ ਗਈ ਖਾਦੀ ਉਹ ਬਾਬੇ ਨੇ ਝੂਠੀ ਸੌਂਖ ਨਹੀਂ ਖਾਈਦੀ ਪੋਲਿਟਿਕਸ ਕਰੋ ਤੇ ਜੇ 100 ਕਰੋੜ ਜਿੰਨੇ ਦਿੱਤਾ ਉਹ ਐਰਾ ਗੇੜਾ ਨਤੂ ਘੇੜਾ ਨਹੀਂ ਹੋਣਾ ਉਹ ਕੋਈ ਅਥਾਰਟੀ ਵਾਲਾ ਬੰਦਾ ਨਾ ਫੜ ਕੇ ਅੰਦਰ ਦੇਣ ਔਰ ਲੈ ਕੇ ਆਉਣ ਇਸੇ ਇਥੇ ਭਗਵਾਨ ਸਿੰਘ ਮਾਨ ਨੂੰ ਖੜਿਓ ਕਿਉਂ ਉੱਚਾ ਸੀ ਉਹਦਾ ਵੈਲਕਮਿੰਗ ਕਰਾਂਗੇ ਤੇ ਉਹਨੂੰ ਕਹਾਂਗੇ ਬੋਲੋ ਜੀ ਚੀਫ ਮਿਨਿਸਟਰ ਸਾਹਿਬ ਉਹ ਉਹਦਾ ਤੇ ਅਜੇ ਤੱਕ ਕਰ ਨਹੀਂ ਸਕੇ ਉਹ ਜਿਹੜਾ ਸਰਾਰੀ ਨੂੰ ਅੱਜ ਕੱਲ ਅਸੀਂ ਤਖਤੀਆਂ ਲੈ ਕੇ ਬੈਗੇ ਗਲਤੀ ਹੋ ਗਈ ਕੱਲ ਨੂੰ ਕਰਨੀ ਚਾਹੀਦੀ ਸੀ ਗੱਲ ਸਰਾਰੀ ਸਾਹਿਬ ਨੂੰ ਤੇ ਇਹਨਾਂ ਨੂੰ ਹੁਣ ਨੋਟਿਸ ਦਿੱਤਾ ਜਿਹੜਾ ਛੇਰੀਆਂ ਮੇ ਉਹਦੀ ਆਡੀਓ ਆ ਗਈ ਆ ਤੇ ਉਹਦੇ ਚ ਹੋਰ ਕੀ ਚਾਹੀਦਾ ਜੀ ਇਹ ਕਿਹੜੀ ਕ腐ਸ਼ਨ ਖਤਮ ਕਰਨੀ ਚਾਹੀਦੀ ਅੱਜ ਮੈਂ ਸੁਣਦਿਆਂ ਉੱਥੇ ਦੀ ਉਹ ਜਿਹੜਾ ਨਾਇਰ ਕੇ ਕੌਣ ਫੜਿਆ ਹਮਾਰਾ ਤਾਂ ਜੀ ਇਤਨਾ ਕਾਰਜਕਰਤਾ تھا ਉਹ ਮਾਨਦਾਰ تھا ਤੇ ਕੀ ਗੱਲ ਇਧਰ ਸਾਰੇ ਬੇਈਮਾਨ ਬੈਠੇ ਨੇ ਤੇ ਜਿਹੜਾ ਚੀਫ ਮਿਨਿਸਟਰ ਇਹ ਕਵੇ ਕਿ ਮੈਨੂੰ ਸ਼ਰਮ ਆਉਂਦੀ ਆ ਕਿ ਕਾਂਗਰਸੀਆਂ ਨੇ ਕਿਹਨੇ ਸਾਨੂੰ ਫਲੈਟ ਦੇ ਦੇ ਅਸੀਂ ਆਪਣੇ ਮਨ ਨਾਲ ਕਿੰਨੇ ਆ ਕਿ ਸਾਡੀਆਂ ਨਹੀਂ ਕੋਠੀਆਂ ਬਣਾਈਆਂ ਅਸੀਂ ਅਸੀਂ ਪੰਜਾਬ ਦੀ ਸੇਵਾ ਕੀਤੀ ਆ ਇਹ ਕਣਕੇ ਪਿਸਮਾਨ ਕੇ ਜੀ ਨੀਣਾ ਨਾ ਚਰ ਵਜੀਰ ਹੈ ਕਿ ਇਹਨਾਂ ਨਾ ਚਰ ਇਹਨਾਂ ਦੇ ਬਜ਼ੁਰਗ ਰਹਿ ਗਏ ਤੇ ਕੋਠੀਆਂ ਬਣਾ ਨਹੀਂ ਸਕਦੇ ਮੇਰੇ ਕੋਲ ਫਲੈਟ ਮੰਗਦੇ ਇਹ ਫਲੈਟ ਪੰਜਾਬ ਦੇ ਨੇ ਪੰਜਾਬ ਦੇ ਲੋਕਾਂ ਦੇ ਨੇ ਚੀਫ ਮਿਨਿਸਟਰ ਦੇ ਘਰ ਦੇ ਨੇ ਮੈਨੂੰ ਤੇ ਬੜੀ ਮੈਂ ਕਈ ਵਾਰ ਬੜਾ ਅਫਸੋਸ ਹੁੰਦਾ ਕਿ ਇਹ ਭਗਵੰਤ ਸਿੰਘ ਬਾਹ ਚ 80 ਵੱਡੀ ਚੇਂਜ ਆਏਗੀ ਅਸੀਂ ਸੈਂਟਰਲ ਹੱਥ ਚ ਮਿਲਦੇ ਰਿਹਾ ਇਹ ਉਹ ਭਗਵੰਤ ਮਾਨ ਖੇੜੇ ਮੱਥੇ ਮਿਲਦਾ ਸੀ ਇਹ ਹੁਣ ਪਰਣੀ ਕਿਹੜੀ ਟੈਨਸ਼ਨ ਚ ਹੈ ਕਿਹੜੀ ਫਰਸਟ੍ਰੇਸ਼ਨ ਚ ਸਮਝੀ ਨਹੀਂ ਆਈ ਇਹੀ ਭਗਵੰਤ ਮਾਨ ਸਾਨੂੰ ਚੁਟਕਲੀ ਸੁਣਾਉਂਦਾ ਰਿਹਾ ਤੇ ਅੱਜ ਇਹੋ ਜਿਹੇ ਗੱਲਾਂ ਕਰਨੇ ਇਹ ਜਗਵਿੰਦਰ ਜੀ ਤੁਸੀਂ ਵੇਖਿਆ ਤੁਸੀਂ ਜਿਹੜਾ ਕਿਹਾ ચીਫ ਮਿਨਿਸਟਰ ਨੂੰ ਬੜੀ ਰੌਲੀ ਪਾਉਂਦੇ ਰਹੇ ਆ ਪਰ ਅਗਲੇ ਪਾਸੇ ਲੌਜੀਕਲੀ ਉਹ ਜਵਾਬ ਵੀ ਦਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਵੱਡਾ ਕਾਗ ਨਹੀਂ ਜੰਮਿਆ ਕੋਈ ਤੇ ਕਿਵੇਂ ਸਾਡਾ ਮਾਂਜਾ ਲਾ ਦਿੰਦਾ ਸੀ ਤਹੀਂ ਸੁਣਦੇ ਹਾਂ ਬੈਠ ਕੇ ਇਹ ਤੇ ਭਗਵੰਤ ਮਾਨ ਤੇ ਉਹਦੇ ਪਾਸੇ ਵੀ ਨਹੀਂ ਗਾ ਜੋ ਉਹ ਗੱਲਾਂ ਕਹਿ ਜਾਂਦੇ ਹੁੰਦੇ ਸੀ ਬਾਦਲ ਸਾਹਿਬ ਤੂੰ ਸੁਣਦੇ ਰਹੇ ਹੋ ਤੂੰ ਐਹੀ ਬਿਚ ਉਠ ਕੇ ਲਾਲਾ ਲਾਲਾ ਕਰ ਦੇਣੀ ਜਦੋਂ ਬਹੁਤਾ ਕੰਮ ਹੋ ਜਾਣਾ ਅਮਰਿੰਦਰ ਸਿੰਘ ਕੋਲ ਤੇ ਇੰਨਾ ਇਦਾਂ ਦੇ ਜਵਾਬ ਵੀ ਨਹੀਂ ਦਿੱਤੇ ਜਾਂਦੇ ਮੈਂ ਬਹੁਤ ਸਾਰੇ ਵਿਧਾਨ ਸਭਾ ਸੈਸ਼ਨ ਕਵਰ ਕੀਤੇ ਨੇ ਪਿਛਲੇ 10 12 ਸਾਲਾਂ ਚ ਆਮ ਤੌਰ ਤੇ ਲੀਡਰ ਆਫ ਹਾਊਸ ਜਦੋਂ ਬੋਲਦੇ ਆ ਤਾਂ ਆਮ ਤੌਰ ਦੇ ਉੱਤੇ ਉਹਨਾਂ ਨੂੰ ਸੁਣਿਆ ਜਾਂਦਾ ਜਦੋਂ ਲੀਡਰ ਆਫ ਹਾਊਸ ਦੀ ਸਪੀਚ ਹੋਵੇ ਖਾਸ ਤੌਰ ਦੇ ਉੱਤੇ ਇਹ ਤਾਂ ਹੁੰਦਾ ਰਿਹਾ ਨਾ ਮਤਲਬ ਸੀਐਮ ਜਦੋਂ ਵੀ ਹੈ ਹੀ ਨਹੀਂ ਆਪਾਂ ਗਵਰਨਰ ਨੂੰ ਲੈ ਕੇ ਦਿੱਤਾ ਸਪੀਕਰ ਬਾਰ ਬਾਰ ਕਹਿ ਰਹੇ ਸੀ ਕਿ ਲੀਡਰ ਆਫ ਦਾ ਹਾਊਸ ਬੋਲ ਰਹੇ ਨੇ ਲੀਡਰ ਆਫ ਦਾ ਹਾਊਸ ਆਫ ਅਸ਼ੋਰੈਂਸ ਤੇ ਦਵੇ ਕਿ ਜੀ ਕਿਉਂ ਨਹੀਂ ਸਪੀਕਰ ਹੀ ਦੇ ਦੇ ਕਿ ਤੁਹਾਡਾ ਕੁਐਸਚਨ ਤੁਹਾਡਾ ਜ਼ੀਰੋ ਆਰ ਹੈਗਾ ਕਿ ਨਹੀਂ ਹੈਗਾ ਗੱਲ ਤੇ ਇੰਨੀ ਆ ਨਾ ਕਿ ਆਪਾਂ ਸੈਸ਼ਨ ਤੇ ਕਹਿੰਨੇ ਆ ਕਿ ਜੀ ਅਸੀਂ ਗਵਰਨਰ ਸਾਹਿਬ ਪੁੱਛਦੇ ਨੇ ਕਿ ਤੁਸੀਂ ਸੈਸ਼ਨ ਕੇਸ ਲਈ ਬੁਲਾਇਆ ਗਵਰਨਰ ਸਾਹਿਬ ਕਹਿੰਦੇ ਕਿ ਤੁਸੀਂ ਕੌਨਫੀਡੈਂਸ ਮੋਸ਼ਨ ਤੇ ਨਹੀਂ ਸੈਸ਼ਨ ਬੁਲਾ ਸਕਦੇ ਟੈਕਨੀਕਲੀ ਬੁਲਾ ਵੀ ਨਹੀਂ ਸਕਦੇ ਦੂਜੇ ਦਿਨ ਆਪਾਂ ਹੋਰ ਚੀਜ਼ਾਂ ਲੈ ਕੇ ਤੇ ਪਹਿਲੇ ਦਿਨ ਹੀ ਉਹੋ ਹੀ ਲੈ ਕੇ ਆ ਗਏ ਆ ਮੋਸ਼ਨ ਆਫ ਕੌਨਫੀਡੈਂਸ ਯਾਰ ਪਰ ਲੋਕ ਕੋਲ ਬਿਲ ਤੇ ਲਾਇਓ ਸਟਬਲ ਬਰਨਿੰਗ ਦੀ ਆਪਾਂ ਗੱਲ ਕਰ ਲੈਂਦੇ ਆ ਕਹਿੰਦੇ ਅਗੇ ਸਟਬਲ ਬਰਨਿੰਗ ਚੱਲਣਾ ਉਹਦੇ ਚ ਕੀ ਲੈ ਕੇ ਆਉਣ ਉਹਨਾਂ ਨੇ ਕਿਹਾ ਸੀ ਕਿ 1500 ਪਰ ਏਕੜਾ ਸੀ ਜਿਹੜੇ ਸਿੱਧਾ ਚੋਨਾ ਵੇਚਣਗੇ ਉਹਨਾਂ ਨੂੰ ਦਵਾਂਗੇ ਅੱਜ ਚੋਨਾ ਵੜਨਾ ਕਟਾਈ ਸ਼ੁਰੂ ਹੋ ਗਿਆ ਕਿਸੇ ਦੇ ਖਾਤੇ ਚ ਆਇਆ ਇਹਨਾਂ ਨੇ ਆਪੇ ਹੀ ਅਨਾਉਂਸ ਕਰਤਾ 1500 ਰੁਪਏ ਕੀ ਗਵਰਨਮੈਂਟ ਆਫ ਇੰਡੀਆ ਇਹ ਦਿੱਤੇ ਪ੍ਰਾਲੀ ਨਾਲ ਸੰਦੇ 500 ਰੁਪਇਆ ਦਿੱਲੀ ਗਵਰਨਮੈਂਟ ਦੇਗੀ 500 ਪੰਜਾਬ ਗਵਰਨਮੈਂਟ ਦੇ ਯਾਰ ਆਪਾਂ ਕਿ ਇਹਨੂੰ ਪੁੱਛਿਆ ਹੀ ਨਹੀਂ ਕਿ ਤੂੰ ਪੈਸੇ ਦੇਵੇਂਗਾ ਜੋ ਉਹਨਾਂ ਨੇ ਹਾਂ ਹੀ ਨਹੀਂ ਕੀਤੀ ਤੇ ਆਪਾਂ ਅਨਾਉਂਸਮੈਂਟ ਕਰ ਦਿੱਤੀ ਤੇ ਸਟ੍ਰਬਲ ਬਰਨਿੰਗ ਤੇ ਜੀ ਉਹਦੇ ਚ ਖਾਣਾ ਬਿਲ ਹੁਣ ਦੋ 2500 ਕਰੋੜ ਇਹ ਧੰਨਵਾਦ ਕਰਾਂਗੇ ਤੁਹਾਡਾ ਤੁਹਾਨੂੰ ਵਧਾਈ ਦੇਵਾਂਗੇ ਖੁਲੋ ਕੇ ਕਹਾਂਗੇ ਕਿ ਤੂੰ ਠੀਕ ਕੰਮ ਕੀਤਾ ਕਿ ਪੰਜਾਬ ਚ ਪੋਲੂਸ਼ਨ ਖਤਮ ਕਰਨ ਲੱਗੇ ਗਵਰਨਮੈਂਟ ਆਫ ਜਿਹੜੀ ਦਿੱਲੀ ਆ ਇਹਨਾਂ ਨੇ ਇੱਕ ਸਾਈਨ ਕੀਤਾ ਮੈਮੋਰੰਡਮ ਸਾਈਨ ਕੀਤਾ ਜਿਹੜੇ ਨੋਲਜ ਸ਼ੇਅਰਿੰਗ ਦਾ ਮੈਨੂੰ ਤਾਂ ਸਮਝ ਨਹੀਂ ਆਇਆ ਮੇਰੇ ਮੋਬਾਈਲ 'ਚ ਹੁਣ ਕਿਤੇ ਪਿਆ ਉਹਦੇ ਇੱਕ ਲਾਈਨ ਪੜਿਓ ਕਹਿੰਦੇ ਜੀ ਲੀਗਲੀ ਜਿਹੜਾ ਇਹਦੇ ਤੇ ਕੋਈ ਨਹੀਂ ਹੋਣਾ ਜੇ ਲੀਗਲੀ ਉਹ ਨਹੀਂ ਤੇ ਫਿਰ ਤੁਸੀਂ ਮੈਮੋਰੰਡਮ ਆਫ ਅੰਡਰਸਟੈਂਡਿੰਗ ਕਾਲੀ ਸਾਈਨ ਕੀਤਾ ਜੀ ਉੱਤੇ ਦੋ ਸੀ ਮਿਨਿਸਟਰ ਸਾਈਨ ਕਰ ਰਹੇ ਨੇ ਤੇ ਸੁਪਰੀਮ ਕੋਰਟ ਕਹਿੰਦੀ ਆ ਕਿ ਲੈਫਟ ਹੈਂਡਰਡ ਗਵਰਨਰ ਇਸ ਦਾ ਗਵਰਨਮੈਂਟ ਪੰਜਾਬ ਦੇ ਵਿੱਚ ਇਹ ਕਿ ਕਾਉਂਸਲ ਆਫ ਇਨਵੈਸਟਰ ਜਾਂ ਚੀਫ ਮਿਨਿਸਟਰ ਐਂਡ ਮਿਨਿਸਟਰਜ਼ ਆ ਦਾ ਗਵਰਨਮੈਂਟ ਤੇ ਫਿਰ ਜੋ ਉਥੇ ਕਰ ਨਹੀਂ ਸਕਦੇ گورنر ਤੋਂ ਬਿਨਾ ਉਥੇ ਪਾਵਰ ਨਹੀਂ گورنر ਨੇ ਉਥੋਂ ਦੇ ਲੈਫਟੀਨੈਂਟ گورنر ਨੇ ਅਜੇ ਤੱਕ ਕੰਸੈਂਟ ਨਹੀਂ ਦਿੱਤੀ ਪੰਜਾਬ ਦੀ ਕੈਬਨਿਟ ਨੇ ਪਾਸ ਨਹੀਂ ਕੀਤਾ ਤੇ ਅੱਜ ਇਹ ਗੱਲਾਂ ਜੇ ਕਰਕੇ ਤੇ ਜਿਹੜੀ ਨਾਇਰ ਜਿਹੜਾ ਫੜਿਆ ਜਿਹੜੇ ਤੇ ਕੇਜਰੀਵਾਲ ਸਾਹਿਬ ਬੜੇ ਕਹਿੰਦੇ ਬਹੁਤ ਇਮਾਨਦਾਰ ਆਦਮੀ ਆ ਜੀ ਹਮਾਰਾ ਜੀ ਅਸਾ ਜੀ ਗੁਜਰਾਤ ਮੇਂ ਐਸਾ ਥਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਸਾਹਿਬ ਜਿਹੜੇ ਪੰਜਾਬ ਦੇ ਅਫੀਸਰ 2 ਜਾਂ 3 ਆਈ ਜਿਹੜੀ ਪੀਡੀ ਔਰ ਸੀਬੀਆਈ ਉਹ ਪੰਜਾਬ ਦਾ ਚੀਫ ਮਿਨਿਸਟਰ ਤੇ ਬੋਲੇ ਉਹਨਾਂ ਦੇ ਪਿੱਛੇ ਉਹਨਾਂ ਦੇ ਪਿੱਛੇ ਬੋਲੇ ਜਿਹੜਾ ਕਸਟ ਅਜ ਮਿਨਿਸਟਰੀ ਜਿਹੜਾ ਲੈ ਕੇ ਗਿਆ ਨਾਲ ਉਹਦੇ ਬੋਲੇ ਜਿਹੜਾ ਨੋਲਜ ਸ਼ੇਅਰਿੰਗ ਦਾ ਜਿਹੜਾ ਐਗਰੀਮੈਂਟ ਕੀਤਾ ਔਥ ਆਫ ਸੀਕਰੇਸੀ ਹੁੰਦੀ ਹੈ ਜਦੋਂ ਅਸੀਂ ਮਲੇਸਰ ਬਣ ਕੇ ਸੌਂ ਖਾਣੇ ਆ ਜਾਂ ਅਸੈਂਬਲੀ 'ਚ ਬੈਠੇ ਸੌਂ ਖਾਣੇ ਕੇ ਸਵਧਾਨ ਦੇ ਜਿਹੜੇ ਸੌਂ ਖਾਣੇ ਤੇ ਅਸੀਂ ਕਿਸੇ ਵੀ ਆਪਣੀ ਸੀਕਰੇ ਸੀ ਕਿਸੇ ਨੂੰ ਨਹੀਂ ਸ਼ੇਅਰ ਨਹੀਂ ਕਰਾਂਗੇ ਈਵਨ ਪਰਿਵਾਰ ਦੇ ਮੈਂਬਰਾਂ ਨਾਲ ਨਹੀਂ ਕਰਾਂਗੇ ਤੇ ਅਸੀਂ ਜਾ ਕੇ ਉੱਥੇ ਕਰ ਰਹੇ ਆ ਕਿ ਉਥੋਂ ਦੀ ਇੱਕ ਗਵਰਨਮੈਂਟ ਦੇ ਨਾਲ ਜਿਹਨੂੰ ਜਿਹੜੇ ਨਾਲ ਨਕਾਦੀ ਸਾਡੇ ਗੁਰਦੰਦਾ ਤੇ ਅਸੀਂ ਕਰ ਸਕਦੇ ਆ ਉਥੋਂ ਦੇ ਲੈਫਟਨੈਂਟ ਗੁਰਦੰਦਾ ਤੇ ਉਹਨਾਂ ਨਾਲ ਨੋ ਲੈਜ ਸ਼ੇਅਰਿੰਗ ਕਰ ਰਹੇ ਆ ਐਕਸਾਈਜ਼ ਪਾਲਿਸੀ ਉਹਨਾਂ ਨੂੰ ਦੱਸ ਕੇ ਤੇ ਉਹਨਾਂ ਵੱਲੋਂ ਜੋ ਉਹਨਾਂ ਨੇ ਕਿਹਾ ਉਹਦਾਂ ਦੇ ਐਕਸਾਈਜ਼ ਪਾਲਿਸੀ ਬਣਾ ਰਹੇ ਕਹਿ ਇਹ ਹਰਪਾਲ ਸਿੰਘ ਚੀਮਾ ਕਹੇ ਕਿ ਮੈਂ ਲੈ ਕੇ ਗਿਆ ਉਹਨਾਂ ਕਿਉਂ ਤਿੰਨ ਚੌਥਾ ਅਫਸਰਾਂ ਨੂੰ ਗੱਲ ਕਰਾ ਸੌਣ ਮੈਂ ਮੰਤਰੀ ਸੀ ਮੈਂ ਕਹਿੰਦਾ ਚਲੋ ਮੇਰੇ ਨਾਲ ਉਹ ਨਾ ਕਰਨ ਕਿ ਮੈਨੂੰ ਕਿੱਥੇ ਨਹੀਂ ਜਾਣਾ ਤੇ ਉਹਦੇ ਚ 1 ਮਿੰਟ ਉਹਨਾਂ ਦੇ ਜੇ ਪ੍ਰੈਜ਼ੀਡੈਂਟ ਪੰਜਾਬ ਆਈਐਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਜਿਹੜੇ ਸ਼੍ਰੀਮਾਨ ਜੀ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੇ ਵਿਨੂ ਘਪਾਲ ਵਿਨੂ ਪ੍ਰਸ਼ਾਦ ਉਹਨਾਂ ਦਾ ਕੰਮ ਨਹੀਂ ਬੋਲਣਾ ਕਿ ਆਪਣੀ ਆਈਐਸ ਦੀ ਐਗਜ਼ੀਕਟਿਵ ਦੀ ਮੀਟਿੰਗ ਬਲੋਂਕ ਤੋਂ ਉੱਥੇ ਕਹਿਣ ਕਿ ਜਿਹੜੇ ਆਫੀਸਰਾਂ ਦਾ ਇਹਨਾਂ ਦਾ ਕਿਉਂ ਇਹਨਾਂ ਨੂੰ ਵਿਕਟਮਾਈਜ਼ ਕੀਤਾ ਜਾ ਰਿਹਾ ਹੈ ਕਿਉਂ ਨੀ ਮਿਨਿਸਟਰ ਨੂੰ ਬੁਲਾਇਆ ਜਾ ਰਿਹਾ ਅੱਛਾ ਇਹ ਦੱਸੋ ਕਿ ਤੁਸੀਂ ਹੋਮ ਮਿਨਿਸਟਰ ਵੀ ਰਹੇ ਹੋਗੇ ਮੈਂ ਖਾਸ ਤੌਰ ਤੇ ਪੁੱਛਣਾ ਚਾਹਨਾਗਾ ਜਨਰਲੀ ਪੋਲੀਟਿਕਲ ਉਤੇ ਚਲੋ ਇੱਕ ਲੱਗ ਮਸਲਾ ਉਤੇ ਬਹੁਤ ਸਾਰੀ ਪੋਲੀਟਿਕਸ ਵੀ ਹੋ ਚੁੱਕੀ ਹੈ ਤੁਸੀਂ ਉਹ ਵੀ ਬੋਲ ਸਕਦੇ ਹੋਗੇ ਪਰ ਕੀ ਸੀ ਮਸਲਾ ਸਿੱਧੂ ਮੂਸੇਵਾਲੇ ਦੇ ਕੇਸ ਦੇ ਅੰਦਰ ਤੁਸੀਂ ਹੋਮ ਮਿਨਿਸਟਰ ਰਹੇ ਹੋਗੇ ਉਦੋਂ ਤੁਹਾਡੇ ਕੋਲ ਰਿਪੋਰਟਸ ਕੀ ਸੀ ਕੀ ਉਹਨਾਂ ਨੂੰ ਥ੍ਰੈਟ ਸੀ ਕੀ ਸੀ ਤੁਸੀਂ ਸਿਕਿਉਰਿਟੀ ਦਿੱਤੀ ਕੀ ਸੀ ਉਹ ਸਾਰਾ ਉਹਨੂੰ ਜੇ ਪੂਰੀ ਕਹਾਣੀ ਦੱਸਾਂ ਕਿ ਕਹਾਣੀ ਕੀ ਸੀ ਜਾਂ ਤੁਹਾਨੂੰ ਪਤਾ ਤੁਹਾਡੇ ਕੋਲ ਸੀ ਫੀਡਬੈਕ ਸਰ ਮੈਂ ਥੋੜੀ ਦੇ ਰਿਹਾ ਤਿੰਨ ਇੱਕ ਮਹੀਨੇ ਹੋਮ ਮਿਨਿਸਟਰ ਰਹੇ ਹਾਂ ਇਹ ਇਹਦੇ ਤੋਂ ਪਹਿਲਾਂ ਦੀ ਗੱਲ ਆਪਾਂ ਜੇ ਕਰੀਏ 2 ਸਾਲ ਪਹਿਲਾਂ ਦੀ ਇਹ ਮੇਰੇ ਕੋਲ ਸਿੱਧੂ ਮੂਸੇਵਾਲਾ ਤੇ ਦੋ ਹੋਰ ਉਹਦੇ ਨਾਲ ਕਲਾਕਾਰ ਸੀ ਇੱਕ ਮੇਰੇ ਜ਼ਿਲ੍ਹੇ ਦਾ ਸੀ ਇਹ ਤਿੰਨੋਂ ਜਣੇ ਮੇਰੇ ਕੋਲ ਆਏ ਉਹਨਾਂ ਨੂੰ ਦਿਨਕਰ ਗੁਪਤਾ ਸੀਗੇ ਡੀਸੀਪੀ ਉਹਨਾਂ ਨੂੰ ਮੈਂ ਟੈਲੀਫੋਨ ਕੀਤਾ ਜੀ ਇਹ ਆਏ ਨੇ ਤਿੰਨੋਂ ਤੇ ਇਹਨਾਂ ਦੀ ਆਥ ਥ੍ਰੈਟ ਪ੍ਰੋਸੈਕਸ਼ਨ ਆ ਉਹ ਕਹਿੰਦੇ ਵੀ ਮੇਰੇ ਕੋਲ ਭੇਜ ਦਿਓ ਔਰ ਵਾਕਿਆ ਉਹਨਾਂ ਬੜਾ ਗ੍ਰੇਸਫੁਲ ਵੀ ਉਹਨਾਂ ਨੇ ਸੁਣਿਆ ਇੱਕ ਨੂੰ ਚਾਰ ਦੇ ਦਿੱਤੇ ਇੱਕ ਸਿੱਧੂ ਮੂਸੇਵਾਲੇ ਨੂੰ ਦੋ ਦਿੱਤੇ ਤੇ ਜਿਹੜਾ ਮੇਰੇ ਜ਼ਿਲ੍ਹੇ ਵਾਲਾ ਸੀ ਉਹਨੂੰ ਵੀ ਦੋ ਦਿੱਤੇ ਜਦੋਂ ਮੈਂ ਹੋਮ ਮਿਨਿਸਟਰ ਬਣਿਆ ਉਹਦੇ ਬਾਅਦ ਫਿਰ ਮੇਰੇ ਕੋਲ ਆਇਆ ਮੇਰੇ ਮੇਰੇ ਤੋਂ ਜਲੰਧਾ ਤੋਂ ਸੀਗੇ ਦੇ ਫ੍ਰੈਂਡ ਉਹਨਾਰੇ ਨਾਲ ਆਇਆ ਤੇ ਇਹ ਕਹਿੰਦਾ ਅੰਕਲ ਆ ਦੇਖੋ ਮੈਨੂੰ ਫੇਰ ਬੜੀਆਂ ਥ੍ਰੀਟਸ ਆ ਰਹੇ ਨੇ ਕਿ 베ੜੀ ਜਿਹੜੀ YouTube ਉਹਦੇ ਰਾਈਟਸ ਉਹ ਕਿਹਦੇ ਸਾਨੂੰ ਦੇ ਦੇ ਉਹ ਮੈਂ ਆਪਣੇ ਕੰਨੀ ਸੁਣਿਆ ਮੈਸੇਜ ਮੈਂ ਫਿਰ ਉਹਨਾਂ ਨੂੰ ਮੈਂ ਗੁਪਤਾ ਜੀ ਇਹ ਤੇ ਮੁੰਡੇ ਨੂੰ ਹੋਰ ਫਸਾਲੇ ਜੀ ਉਹ ਨਾ ਨਾ YouTube ਰਾਈਟਸ ਵੀ ਉਹਨਾਂ ਦੇ ਕੋਲ ਚਲੇਗਾ ਤੇ ਇਹ ਤੇ ਫਿਰ ਕਲਾ ਇਹ ਤੇ ਫਿਰ ਇਹਨੂੰ ਚਾਹੀਦਾ ਕਿ ਛੋਟਾ ਮੋਟਾ ਖਾੜਾ ਲਾ ਲਿਆ ਕਰੇ ਤੇ ਉੱਥੋਂ ਲੈ ਲਿਆ ਕਰੇ 5-7000 ਰੁਪਏ ਤੇ ਉਹਨੇ ਇੱਕ ਤੱਕ ਰਾਊਗਾ ਉਹਨਾਂ ਫਿਰ ਇਹਨੂੰ ਦੇ ਦਿੱਤੇ ਜਿਸ ਦਿਨ ਮੈਂ ਬਣਿਆ ਹੋਮ ਮਿਨਿਸਟਰ ਇਹ ਮੇਰੇ ਕੋਲ ਆਇਆ ਇਹਨੇ ਮੈਨੂੰ ਵਾਕਈ ਜਿੰਨੇ ਇਹਦੇ ਮੋਬਾਈਲ ਦੇ ਵਿੱਚ ਜਿਹੜੇ ਥ੍ਰੈਟਸ ਆਉਛੜੇ ਮੈਂ ਉਸ ਟਾਈਮ ਦੇ ADCP ਸਕਿਉਰਟੀ ਨੂੰ ਟੈਲ ਕਿੰਦਾ ਜੀ ਇਹ ਸਭ ਤੋਂ ਵੱਡਾ ਜੇ ਕੋਈ ਥ੍ਰੈਟ ਆ ਜਾਏਗਾ ਤੇ ਇਹਨੂੰ ਥ੍ਰੈਟ ਹੈ ਕਿ ਦਿੱਲੀ ਤੋਂ ਵੀ ਇਨਫੋਟ ਆਈ ਹੈ ਇਹਦੇ ਇਹ ਲੀਕ ਤੁਹਾਡੇ ਕਿਤੇ ਸਿੰਗਰ ਦੇ ਉੱਤੇ ਕੋਈ ਉਹਨਾਂ ਤੇ ਮੇਰੇ ਖਿਆਲ ਚ ਕਿੰਦੇ ਜੀ ਇਹ ਹੋਈ ਆ ਉਸ ਵੇਲੇ ਇਹਨੂੰ 6 ਕਮਾਂਡੋ ਔਰ ਇੱਕ ਜਿਪਸੀ ਦੇ ਕੇ ਉਥੋਂ ਤੋਰਿਆ ਕਿ ਤਾਂ ਕਿ ਬਚਵੇ ਇਹ ਵਾਕਈ ਹੀ ਇਜ਼ ਔਨ ਟਾਪ ਬਾਕੀ ਨਾਲੋਂ ਬਾਦੇ ਨੂੰ ਖਤਰਾ ਸੀ ਔਰ આજ ਤੋ ਨੇ 2 ਸਾਲ ਪਹਿਲਾਂ ਤੋਂ ਖਤਰਾ ਸੀ ਜਿਹੜੀ ਇਹਨੇ ਟਿਕਟ ਲਈ ਰਾਜੇਵੜੀ ਨੇ ਕਿਹਾ ਕਿ ਇਹ ਸਿੱਧੂ ਨਾ ਖੜਾਓ ਤੇ ਇਹਨੇ ਜਿਹੜਾ ਟਿਕਟ ਆ ਸੀ ਉਥੇ ਬੈਠੇ ਆ ਇਹ ਚंडीगढ़ ਚਨੀ ਸਾਹਿਬ ਵੀ ਬੈਠੇ ਸੀ ਮੈਂ ਵੀ ਉਹਨੂੰ ਕਹਾਂ ਕੇ ਬੇਟਾ ਨਾ ਲੈਖਣ ਲੜ ਅਜੇ ਤੜਾ ਬੜਾ ਫਿਊਜ ਹੋਵੇ ਕਹਿੰਦਾ ਅੰਕਲ ਮੈਨੂੰ ਸਕਿਉਰਿਟੀ ਪਰਮਨੈਂਟ ਮਿਲ ਜਾਓ ਇਥੇ ਮੈਨੂੰ ਹਾਥੀ ਜੋੜਨੇ ਪੈਂਦੇ ਆ ਤੇ ਉਹੋ ਹੀ ਸਕਿਉਰਿਟੀ ਕਰਕੇ ਕਿ ਆਪਾਂ ਸਟੇਟਮੈਂਟ ਦੇ ਦੀਏ ਤੇ ਕੋਟੂਆਂ ਲਾ ਦੀਏ ਤੇ ਐਸ ਐਸ ਬੰਦੇ ਦੀ ਸਕਿਉਰਿਟੀ ਵਾਪਸ ਲਈ ਗਈ ਤੇ ਮੇਰੇ ਟਾਈਮ 'ਚ ਜਦਵਿੰਦਰ ਸਿੰਘ ਜੀ ਤੁਹਾਨੂੰ ਕਿਸੇ ਨੂੰ ਪਤਾ ਮੈਂ ਵੀ ਸਕਿਉਰਿਟੀ ਵਾਪਸ ਲਈ ਆ ਮੈਂ ਕਿਹਨੂੰ ਦੱਸੇ ਇਹ ਡਿਸਕਲੋਜ਼ ਕਰਨਾ ਬਣਦਾ ਹੀ ਨਹੀਂ ਤੇ ਮੇਰਾ ਖਿਆਲ ਇਹਨਾਂ ਤੋਂ ਉੱਤੇ ਵੱਧ ਮੈਂ ਇੰਸਕਿਉਰਿਟੀ ਵਾਪਸ ਲੈ ਗਿਆ ਸੀ ਇਹਨਾਂ ਦੀ ਜੋ ਸਕਿਉਰਿਟੀ ਫੇਰ ਹਾਈ ਕੋਰਟ ਦੇ ਹੁਕਮਾਂ ਨਾਲ ਫੇਰ ਚਲੀ ਗਈ ਤੇ ਮੇਰੇ ਵਾਲੀ ਤੇ ਅਜੇ ਵੀ ਨਹੀਂ ਆਈ ਵਾਪਸ ਪਰ ਮੈਂ ਕਿਹਾ ਡਿਸਕਲੋਜ਼ ਨਹੀਂ ਕੀਤਾ ਕਿ ਕਿਹਦੀ ਜਾਨ ਦੇ ਨਾਲ ਖਤਰਾ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਜਾਏਗਾ ਜੇ ਮੈਂ ਦੱਸਾਂਗਾ ਕਿ ਇੰਨੇ ਬੰਦੇ ਦੀ ਇਹ ਉੱਤੇ ਸੀਕ੍ਰੀਟ ਡਾਕੂਮੈਂਟ ਹੈ ਕਿ ਉਹਨੂੰ ਐਕਸ਼ਨ ਲਿਆ ਜਿਹੜੇ ਇਹ ਦਿੰਦੇ ਨੇ ਸਟੇਟਮੈਂਟ ਜਿਹੜਾ ਕੋਈ ਅੰਕਲ ਸੈਕਸੀਨਾਂ ਆਪਣੀ ਪੋਸਟਪਨ ਅੱਜ ਵੀ ਉਹਦੀ ਹੈਗੀ ਆ ਉਸ ਪੇਜ ਤੇ ਉਰੇ ਤੇ ਆ ਜਾਂਦਾ ਕਿ ਜੀ ਇਹਨਾਂ ਨੇ ਉਹਦੇ ਚੁੱਕ ਕੇ ਆ ਬੰਦੇ ਚੇਅਰਮੈਨ ਲਾ ਦਿੱਤੇ ਤੇ ਉਹਦੇ ਤੇ ਤੇ ਦੂਆ ਤੇ ਸਾਈਬਰ ਕ੍ਰਾਈਮ ਦਾ ਪਰਚਾ ਬਣ ਜਾਂਦਾ ਤੇ ਕੀ ਗੱਲ ਜਿਹੜੀ ਇਹਨਾਂ ਦੇ ਪਾਏ ਨੇ ਸਿੱਧੂ ਉਹਨਾਂ ਦੇ ਤੇ ਔਰ ਰਾਣਾ ਸਵਾਮੀ ਵਾਲੇ ਚੀਫ ਤੇ ਤੇ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਅਕਾਲ ਤਖਤ ਉਹਨਾਂ ਦਾ ਜੇ ਪਾਇਆ ਗਿਆ ਤੇ ਉਹਨਾਂ ਤੇ ਨਹੀਂ ਕੇਸ ਪੜਦਾ ਇਹ ਨਹੀਂ ਬਣਦਾ ਜੇ ਮੈਂ ਵਿਧਾਨ ਸਭਾ 'ਚ ਪਾ ਰਿਆਂ ਕਿ ਕਿੰਨੇ ਬੰਦਿਆਂ ਦੀ ਸਕਿਉਰਿਟੀ ਵਾਪਸ ਲਈ ਗਈ ਹੈ ਵਿਧਾਨ ਸਭਾ 'ਚ ਦਿਖਤੀ ਆ ਜਾਂਦਾ ਜੋ ਇਹ ਸਕੂਲ ਡਿਨਸ ਮਤਦ ਇਹਦਾ ਜਵਾਬ ਨਹੀਂ ਦਿੱਤਾ ਜਾਂਦਾ ਵਿਧਾਨ ਸਭਾ ਜਿਹੜੇ ਲਾਅ ਮੇਕਰ ਨੂੰ ਤੇ ਨਹੀਂ ਦਿੱਤਾ ਜਾਂਦਾ ਸਾਰਾ ਤੇ ਅਖਬਾਰਾਂ ਚ ਤੇ ਇਸ਼ਤਿਹਾਰ ਦਿੱਤੇ ਜਾ ਸਕਦੇ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਵੀ ਮਿਲ ਕੇ ਆਏ ਸੀ ਦੋ ਵਾਰੀ ਮਿਲਿਆ ਹਾਂ ਕੀ ਗੱਲਾਂ ਬਾਤਾਂ ਹੋਈਆਂ ਤੁਸੀਂ ਕੀ ਹੌਸਲਾ ਦਿੱਤਾ ਜਿਹੜਾ ਕੋਈ ਇੱਕੋ ਗੱਲ ਸੁਣੋ ਜਿੱਦਾਂ ਤਾਂ ਕਲਾ ਕਲਾ ਪੋਤੋ ਬਾਪ ਬਾਪ ਨੂੰ ਹੌਸਲਾ ਕਹਿਣਾ ਤੇ ਸਬਰ ਕਹਿਣਾ ਇਹ ਬੜੀ ਛੋਟੀ ਗੱਲ ਆ ਤੇ ਜਿਹਦੇ ਚ ਪਈ ਹੁੰਦੀ ਉਹਨਾਂ ਨੂੰ ਨਾ ਹੌਸਲਾ ਆਉਂਦਾ ਤੇ ਨਾ ਉਹਨਾਂ ਨੂੰ ਸਬਰ ਹੀ ਹੁੰਦਾ ਕਿਸੇ ਵੀ ਪਰਵਾਨਾ ਇਹਦੇ ਜਿਹਦੇ ਤੇ ਪਈ ਹੁੰਦੀ ਆ ਨਾ ਉਹ ਜਾਂ ਕਿਉਂਕਿ ਉਹਨਾਂ ਨੂੰ ਹੁਣ ਵੀ ਥ੍ਰੈਟ ਆ ਰਹੇ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ ਕੋਈ ਮਤਲਬ ਇਸ ਤਰ੍ਹਾਂ ਦੀ ਜਿਵੇਂ ਤੁਸੀਂ ਕਹਿੰਦਾ ਕਹਿੰਦਾ ਹੁਣ ਸਿਕਿਉਰਿਟੀ ਲੈਂਦਾ ਮੈਂ ਕਹਿੰਦਾ ਇਹ ਤਾਂ ਚੀਜ਼ਾਂ ਜਿਹੜੀ ਕਰਨੀਆਂ ਵਾਕਈ ਇਹ ਬਾਪ ਜਿਹੜੇ ਬੱਚਾ ਹੋਏ ਨਾ ਤੇ ਜਿਹਦਾ ਥੇਲੋ ਹੋਵੇ ਉਹਦੇ ਲਈ ਬਹੁਤ ਔਖਾ ਇਸ ਪੀੜਡ ਦੇ ਵਿੱਚੋਂ ਨਿਕਲਣਾ ਕਿ ਇਹਨਾਂ ਕੁਝ ਇਹਨਾਂ ਨਾਲ ਇੱਕਦਮ ਅਰਸ਼ ਤੋਂ ਫਰਸ਼ ਦੇ ਡਿੱਗਣਾ ਹਾਤੋ ਹੀ ਹੁਣ ਜਿਹੜਾ ਕਿਹਾ ਕਿ ਜਿੰਦਾ ਵੀ ਹੋ ਜਾਂਦੇ ਪੋਲਿਟਿਕਲ ਬੰਦੇ ਜਿੰਦੇ ਵੀ ਹੁੰਦੇ ਤੇ ਮਾਰ ਵੀ ਜਾਂਦੇ ਉਹ ਤੇ ਵਿਚਾਰਾ ਮਾਰੀ ਗਿਆ ਉਹ ਤੇ ਦੁਬਾਰਾ ਜਿੰਦਾ ਹੀ ਨਹੀਂ ਹੋਣਾ ਇਹ ਤੇ ਸਿੱਧੂ ਨਾਂ ਜੰਮਣਾ ਹੀ ਉਹ ਜਾ ਤੇ ਨਾਂ ਹੀ ਉਹਦੀ ਆਵਾਜ਼ ਹੀ ਉਹ ਜੀ ਆਉਣੀ ਕਦੀ ਤੇ ਪੰਜਾਬ ਦੇ ਅੰਦਰ ਤੁਹਾਡਾ ਇਲਾਕਾ ਕਿਉਂਕਿ ਉੱਥੇ ਵੀ ਕ੍ਰਿਸਚੀਅਨਵਾਦੀ ਬਹੁਤ ਆ ਗਈ ਪੰਜਾਬ ਚ ਅਸੀਂ ਤਸਲ ਦੇਖ ਰਹੇ ਹਾਂ ਪਿਛਲੇ ਦਿਨਾਂ ਦੇ ਅੰਦਰ ਉਹ ਸਿੱਖ ਭਾਈਚਾਰੇ ਤੇ ਕ੍ਰਿਸਚੀਅਨ ਭਾਈਚਾਰੇ ਜਾਂ ਕਹਿੰਦੀ ਸਿੱਖ ਭਾਈਚਾਰਾ ਤਾਂ ਨਾ ਕਹੀਏ ਨਾ ਹੀ ਕ੍ਰਿਸਚੀਅਨ ਭਾਈਚਾਰਾ ਕਹੀਏ ਉੱਪਰਲੇ ਟੌਪ ਦੇ ਜਿਹੜੇ ਉਹਦੇ ਲੋਕ ਨੇ ਉਹ ਇੱਕ ਦੂਜੇ ਤੇ ਤੰਜ ਕੱਸ ਰਹੇ ਨੇ ਭਾਈਚਾਰੇ ਤੇ ਅਬਦੇ ਲੈਵਲ ਤੇ ਪਿੰਡਾਂ 'ਚ ਰਹਿੰਦੇ ਵੀ ਹੋਣਗੇ ਇਕੱਠੇ ਹੋ ਸਕਦਾ ਕੰਮਕਾਰ ਵੀ ਰਹੇ ਲੱਗੇ ਪਿੰਡਾਂ ਦੇ ਪਿੰਡਾਂ ਦੇ ਲੈਵਲ ਤੇ ਉਹ ਜੀ ਕੋਈ ਗੱਲ ਨਹੀਂ ਇਹ ਫਾਦਕਿਸਮਤੀ ਆ ਕਿ ਜਿਹੜੇ ਉੱਪਰਲੇ ਲੈਵਲ ਤੇ ਉਹ ਖੜੀ ਜਾਂਦੇ ਨੇ ਇਹ ਇਹਦੀ ਬੜੀ ਡੰਗਾਈ ਨਹੀਂ ਜਾਣਾ ਚਾਹੀਦਾ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹ ਉਸ ਵੇਲੇ ਨਹੀਂ ਆਈ ਜਦੋਂ ਕਾਲੇ ਟਰੈਨ ਸੀਗੇ ਇਹ ਕਦੀ ਦੋ ਜਾ ਤਾਂ ਇਦਾਂ ਇਕੱਠੀਆਂ ਹੋ ਕੇ ਸਿੱਖ ਜਾਂ ਹਿੰਦੂ ਕਦੀ ਇੱਕ ਦੂਜੇ ਦੇ ਅਗੇਂਸਟ ਨਹੀਂ ਸਿੱਖ ਲੋਤੇ ਤੇ ਇਹਦੇ 'ਚ ਸਰਕਾਰ ਨੂੰ ਸੀਰੀਅਸਲੀ ਵੇਖਣਾ ਚਾਹੀਦਾ ਕੀ ਹੈ ਫਿਰ ਕਾਰਨ ਕੀ ਆ ਤੁਸੀਂ ਦੇਖ ਰਹੇ ਹੋ ਕਦੇ ਤਰਮਤਾਰ ਨੂੰ ਉੱਥੇ ਤੁਹਾਨੂੰ ਪਤਾ ਅਟੈਕ ਹੋਇਆ ਚਰਚ ਤੇ ਉਦੋਂ ਆਦਾਂ ਤੁਸੀਂ ਵੀ ਗਏ ਤੁਹਾਡੀ ਪਾਰਟੀ ਵੀ ਜਾ ਕੇ ਆਈ ਉੱਥੇ ਹੋਰ ਵੀ ਹੈ ਨਾ ਤੁਸੀ ਫਤੋ ਆਦ ਕ੍ਰਿਸ਼ਨ ਮੇਰੇ ਏਰੀਆ 'ਚ ਨੇ ਇਹਨਾਂ ਦੀ 38 ਹਜ਼ਾਰ ਜਾਂ 40 ਹਜ਼ਾਰ ਵੋਟ ਆ ਮੈਨੂੰ ਤਾਂ ਉੱਥੇ ਕਦੀ ਦਿਸਿਆ ਨਹੀਂ ਕੋਈ ਅਜੀਬ ਚੀਜ਼ ਗਈ ਇਹਨਾਂ ਦੇ ਵਿੱਚ ਆਪਸ ਵਿੱਚ ਕੋਈ ਗੱਲ ਹੋਵੇ ਇਹ ਜਿਹੜੀ ਇਸ ਲੈਵਲ ਤੇ ਗੱਲ ਹੋਣੀ ਹੈ ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਉਹਨਾਂ ਕਾਰਨਾਂ 'ਵਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤੇ ਖਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਧਿਆਨ ਦੇਣਾ ਚਾਹੀਦਾ ਕਈ ਐਸਸੀ ਬਾਰਡਰ ਸਟੇਟ ਤੇ ਬੈਠੇ ਗਵਰਨਰ ਸਾਹਿਬ ਪੂਰਾ ਬਾਰਡਰ ਦਾ ਚੱਕਰ ਵੀ ਲਾ ਕੇ ਆਏ ਨੇ ਤੇ ਉੱਥੇ ਨਾਲ ਦੀ ਨਾਲ ਇਹੋ ਜਿਹੀ ਕਮਿਊਨਲ ਜਿਹੜੀ ਵਾਇਲੈਂਸ ਹੈ ਜਾਂ ਕਮਿਊਨਲ ਹਾਰਮਨੀ ਨੂੰ ਜਿੱਥੇ ਕਤਰਾ ਪੈਂਦਾ ਤੇ ਗਵਰਨਮੈਂਟ ਆਫ ਇੰਡੀਆ ਨੂੰ ਤੇ ਪੰਜਾਬ ਗਵਰਨਮੈਂਟ ਦੋਨਾਂ ਨੂੰ ਰਲ ਕੇ ਨੂੰ ਇਮੀਡੀਏਟਲੀ ਕੰਟਰੋਲ ਕਰਨਾ ਚਾਹੀਦਾ ਤੁਹਾਡੇ ਇਲਾਕੇ ਸਭ ਤੋਂ ਜ਼ਿਆਦਾ ਨੇਗੇ ਇਹ 크੍ਰਿਸਚੀਅਨਾਂ ਦੀ ਜਿਹੜੀ ਕਨਵਰਸ਼ਨ ਦਾ ਮਸਲੇ ਤੇ ਰੌਲਾ ਪੈਂਦਾ ਹੈਗਾ ਕੋਈ ਕਨਵਰਸ਼ਨ 50-50 ਸਾਲ ਪਹਿਲਾਂ ਵੀ ਅਸੀਂ ਦੇਖ ਰਹੇ ਹਾਂਗੇ ਕਿਸੇ ਬਜ਼ੁਰਗ ਨੂੰ ਮਿਲਦੇ ਹੋ ਉਹ ਕਹਿੰਦਾ ਅਸੀਂ ਤਾਂ ਬਹੁਤ ਪਹਿਲਾਂ ਦੀ ਕਨਵਰਟ ਹੋਏ ਹੋਏ ਹਾਂਗੇ ਇਹ ਨਵੀਂ ਕਨਵਰਸ਼ਨ ਆ ਜਾਂ ਤੁਸੀਂ ਤਾਂ ਜਾਣਦੇ ਹੋਗੇ ਜਾਂ ਪੁਰਾਣੀ ਵੀ ਹੈ ਜਿਹੜੀ ਜਿਹੜੀ ਸਾਡੇ ਜ਼ਿਲ੍ਹਿਆਂ 'ਚ ਆ ਉਹ ਜਦੋਂ ਅੰਗਰੇਜ਼ ਆਏ ਨੇ ਤੇ ਮੇਰੇ ਖਿਆਲੋਂ ਸਭ ਤੋਂ ਪਹਿਲਾਂ ਲਾਹੌਰ 'ਚ ਤੇ ਜਾਂ ਬਠਾਲੇ ਦੇ ਵਿੱਚ ਇਧਰਲੇ ਏਰੀਆ 'ਚ ਉਹਨਾਂ ਨੇ ਹਾਂ ਕਿ ਬਟਾਲਾ ਤੇ ਵੀਰਿਆ ਉਦੋਂ ਦੀ ਹੈ ਉਦੋਂ ਦੀ ਹੈ ਉਦੋਂ ਜਿੰਨੇ ਐਸਸੀ ਕਮਿਊਨਿਟੀ ਸੀਗੇ ਜੇ ਉਹਨਾਂ ਦਾ ਪੁਰਾਣਾ ਕੱਢੀ ਗਏ ਤੇ ਉਹਨਾਂ ਨੇ ਉਹ ਰੱਖਣ ਵਰਜ਼ਨ ਕੀਤੀ ਆ ਉਹਨਾਂ ਦੇ ਜੀ ਆਜੀ ਵੀ ਸਰਟੀਫਿਕੇਟ ਕੱਢਦੇ ਆ ਪੁਰਾਣੇ ਉਹ ਐਸਸੀ ਦੇ ਤਾਂ ਇਸ ਕਰਕੇ ਕਈ ਜੋ ਪੱਗ ਬਨਣ ਲੱਗ ਬਨਣ ਲੱਗ ਪਏ ਨੇ ਉਹ ਨਹੀਂ ਬਣੇ ਐਸਸੀ ਆਏ ਕ੍ਰਿਸਚਨ ਨਹੀਂ ਬਣੇ ਤੇ ਇਹ ਅੰਗਰੇਜ਼ਾਂ ਦੇ ਟਾਈਮ 'ਚ ਇਹ ਕਨਵਰਜਨ ਜਿਹੜੀ ਚੱਲੀ ਸੀ ਉਹਨਾਂ ਦੀ ਫੈਮਲੀ ਅੱਗੇ ਚੱਲੀਆਂ ਨੇ ਜਾਂ ਨਵੀਂ ਵੀ ਥੋੜੀ ਬਹੁਤੀ ਹੋ ਰਹੀ ਹੈਗੀ ਮੰਮੀ ਵੇਖੋ ਗੱਲ ਸੁਣੋ ਕਿ ਆਪਾਂ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਆਪਣੀ ਪੀੜ੍ਹੀ ਥੱਲੇ ਤੋਂ ਸੋਟਾ ਫੇਰੇ ਕਿ ਪੰਜਾਬ ਚ ਕਿੰਨੇ ਡੇਰਾਵਾਦ ਕਿੰਨੇ ਡੇਰੇ ਬਣ ਗਏ ਇਹ ਸਿੱਖੀ ਕਿਉਂ ਗਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਸਰਬ ਸਾਂਝੀ ਹਵਾਲਤਾ ਦਾ ਉਪਦੇਸ਼ ਦਿੱਤਾ ਬਾਬੇ ਨਾਨਕ ਨੇ ਤੇ ਸਾਰਿਆਂ ਨੂੰ ਇੱਕ ਪੰਗਤ ਚ ਤੇ ਸੰਗਤ ਚ ਬਿਠਾ ਦਿੱਤਾ ਕਿ ਪੰਗਤ ਵੀ ਲੱਗੇ ਕਿ ਸੰਗਤ ਵੀ ਇਕੱਠੀ ਬੈਠੇਗੀ ਤੇ ਫੇਰ ਸਾਡੇ ਬੰਦੇ ਉਦੋਂ ਨੂੰ ਜਾ ਰਹੇ ਨੇ ਉਦੋਂ ਉਹ ਸ਼ਰਮਣੀ ਜਥੇਦਾਰ ਸਾਹਿਬ ਨੇ ਜਿਹੜੀ ਸਟੇਟਮੈਂਟ ਦਿੱਤੀ ਉਹਦੇ ਬਾਅਦ ਐਸੀ ਪੰਜਾਬ ਚ ਅੱਗ ਲੱਗੀ ਆ ਤੇ ਉਹਨਾਂ ਨੂੰ ਪਹਿਲਾਂ ਆਪ ਤੇ ਵੇਖਣਾ ਚਾਹੀਦਾ ਸੀ ਕਿ ਅਸੀਂ ਕੀ ਕੀਤਾ ਜਥੇਦਾਰ ਸਾਹਿਬ ਤੁਸੀਂ ਇੰਨੀ ਦੇਰ ਤੋਂ ਬੈਠੇ ਹੋ ਅਕਾਲੀਏ ਦੇ ਟਾਈਮ ਤੋਂ ਤੁਸੀਂ ਉਦੋਂ ਕਿਉਂ ਨਹੀਂ ਦੇਖਿਆ ਕਿ ਪੰਜਾਬ ਚ ਜਿਹੜੀ ਕਿਉਂ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਕਿਉਂ ਲੋਕ ਜਿਹੜੇ ਜਿਹੜੇ ਸਿੱਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ ਉਹਨਾਂ ਦਾ ਕਿਉਂ ਦੂਸਰੇ ਪਾਸੇ ਧਿਆਨ ਜਾ ਰਿਹਾ ਇਹ ਕਸੂਰ ਤੇ ਉਹਨਾਂ ਦਾ ਵੀ ਹੈ ਕਦੀ ਵੇਖਿਆ ਚਲੋ ਸਾਡੇ ਵੱਲ ਤੇ ਤੁਹਾਡੇ ਤੁਸੀਂ ਸੰਗਰੂਪ ਦਿਓ ਜਦੋਂ ਠੰਡੇ ਦੇ ਵਾਲ ਦੇ ਕਰੀ ਵੇਖਿਆ ਕੋਈ ਧਰਮ ਪ੍ਰਚਾਰ ਕਰਨ ਵਾਲਾ ਸਿੱਖ ਲੀਡਰ ਆਉਂਦਾ ਹੋਏ ਸਾਡਾ ਨਹੀਂ ਕੰਮ ਆਪਣੇ ਬਾਬੇ ਨਾਨਕ ਦੀ ਜਿਹੜੀ ਸੋਚ ਨੂੰ ਲੈ ਕੇ ਅੱਗੇ ਚਲੀਏ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੇ ਸਾਰਾ ਸਰਬੰਸਵਾਰ ਦਿੱਤਾ ਉਹ ਰੀ ਸੋਚ ਅੱਗੇ ਲੈ ਕੇ ਚਲੀਏ ਤੇ ਆਪਾਂ ਇੱਕ ਦੂਜੇ ਨੂੰ ਕਿਹਨਣਾ ਆਪਣਾ ਉਹ ਇਦਾਂ ਉੱਠ ਕੇ ਤੁਰ ਪਿਆ ਇਹ ਵੇਖਣਾ ਚਾਹੀਦਾ ਕਿ ਆਪਣਾ ਧਰਮ ਅੱਗੇ ਲੈ ਕੇ ਕਿਵੇਂ ਜਾਣਾ ਤੇ ਇਹ ਧਰਮ ਚਾਹ ਸਾਨੂੰ ਅੱਗੇ ਆਉਣਾ ਚਾਹੀਦਾ ਅੱਛਾ ਭਾਜੀਪੀ ਪੰਜਾਬ ਚ ਆ ਰਹੀ ਹੈ ਇੱਕ ਚਰਚਾ ਚੱਲ ਰਹੀ ਹੈ ਕਿ 2024 ਚ ਜੇ ਕਾਂਗਰਸ ਸੈਂਟਰ ਚ ਹਾਰ ਜਾਂਦੀ ਹੈ ਤਾਂ ਕਾਂਗਰਸੀ ਜਿਵੇਂ ਹੁਣ ਭਾਜੀਪੀ ਚ ਅੱਧੀ ਪੌਣੀ ਕਾਂਗਰਸ ਬੀਜੇਪੀ ਹੋ ਜਾਏਗੀ ਜਿਹੜੇ ਗਏ ਉਹ ਕਿਹੜਾ ਉੱਥੋਂ ਲਾਇਆ ਮੇਰਾ ਸਵਾਲ ਤਾਂ ਸੁਣ ਲਓ ਕਿ ਤੁਸੀਂ ਕਿਵੇਂ ਦੇਖਦੇ ਹੋ ਬੀਜੇਪੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਬੀਜੇਪੀ ਨੂੰ ਕਿਉਂ ਗਏ ਆ ਵੱਡੇ ਵੱਡੇ ਲੀਡਰ ਚਲੇ ਗਏ ਜਾਖੜ ਚਲੇ ਗਏ ਕੇਬਲ ਢਿੱਲੋਂ ਚਲੇ ਗਏ ਕਿੰਨੇ ਜਿਹੜੇ ਚਿਹਰੇ ਸੀ ਤੁਹਾਡੇ ਪਹਿਲਾਂ ਹੀ ਕਾਂਗਰਸੋਂ ਕੱਢ ਦਿੱਤਾ ਸੀ ਮੈਂ ਕਿਹਾ ਨਾ ਕੱਢੋ ਇਹਨੂੰ ਕਿ ਕਾਂਗਰਸੀ ਆ ਤੇ ਉਹ ਤੇ ਮੈਂ ਵੀ ਉਹਦੇ ਨਾਲ ਸੀਗਾ ਕਿ ਨਹੀਂ ਕੱਢਣਾ ਮੈਂ ਇਹ ਕਹਿ ਰਿਆਂਗਾ ਕਿ ਤੁਹਾਡੇ ਲਈ ਬੀਜੇਪੀ ਕਿਉਂਕਿ ਆਮ ਆਦਮੀ ਪਾਰਟੀ ਬੈਠੇ ਪੋਲਿਟਿਕਸ ਬਦਲੀ ਤਾਂ ਹੈਗੀ ਆ ਨਾ ਦੇਖੋ ਪੰਜਾਬ ਦੀ ਪੋਲਿਟਿਕਸ ਦਾ ਡਾਇਨਾਮਿਕਸ ਬਦਲਿਆ ਪਹਿਲਾਂ ਹੁੰਦੀ ਸੀ ਤੁਸੀਂ ਤੇ ਇਕੱਲੇ ਕਦੇ ਉਹ ਆ ਜਾਂਦੇ ਸੀ ਕਦੇ ਤੁਸੀਂ ਆ ਜਾਂਦੇ ਸੀ ਕਦੇ ਇੱਕ ਵਾਰ ਚਲੋ ਅੱਗੇ ਦੂਜੀ ਔਰ ਫਿਰ ਤੁਸੀਂ ਆ ਗਏ ਹੁਣ ਆਮ ਆਦਮੀ ਪਾਰਟੀ ਨੇ ਵੋਟਾਂ ਤਾਂ ਉਹ ਨਹੀਂ ਨੇ ਉਹਦੇ ਚ ਇੱਕ ਚੰਕ ਉਹਨਾਂ ਨੇ ਚੱਕ ਲਿਆ ਇੱਕ ਚੰਕ ਆ ਕੇ ਬੀਜੇਪੀ ਚੱਕੂ ਵੱਡਾ ਮਤਲਬ ਜਿਸ ਤਰ੍ਹਾਂ ਦੀ ਪੋਲਿਟਿਕਸ ਬੀਜੇਪੀ ਵੀ ਕਹਿ ਰਹੀ ਐ ਅਸੀਂ ਬ੍ਰੇਗਸ ਤੁਸੀਂ ਦੇਖ ਹੀ ਲਿਆ ਤਿੰਨਾਂ ਮਹੀਨਿਆਂ ਦੇ ਵਿੱਚ ਸੰਗ ਤੁਰੁਰ ਤੇ ਸਮਝਿਤ ਮਾਨ ਜਿੱਤ ਗਏ ਤੁਹਾਡੇ ਹੀ ਪੈਰ ਨਹੀਂ ਲੱਗੇ ਨਾ ਲੱਗੇ ਕਾਲੀਆਂ ਹੋਇਆ ਤੂੰ ਵੇਖੋ ਪੰਜਾਬੀ ਜਿਹੜੇ ਨੇ ਨਾ ਹਾਥੀ ਤੇ ਚੜਾ ਕੇ ਲਿਆਉਂਦੇ ਹੁੰਦੇ ਆ ਜਦੋਂ ਭੇਜਦੇ ਹੁੰਦੇ ਆ ਫਤਾ ਕਿਵੇਂ ਭੇਜਦੇ ਆ ਤੇ ਇਸ ਕਰਕੇ ਪੰਜਾਬੀ ਦੀ ਸਾਈਕੀ ਜਿਹੜੀ ਆ ਇਹਨਾਂ ਦੀ ਅਣਕਾਨੂੰਨੀ ਵਿਗਾਰਨਾ ਚਾਹੀਦਾ ਜੀ ਕਿ ਮੈਂ ਇਹ ਕਹ ਰਿਹਾ ਕਿ ਅਣਕੀ ਨੇ ਤੁਹਾਨੂੰ ਕੀ ਲੱਗਦਾ ਹੈ ਮਤਲਬ 2027 ਤੁਹਾਨੂੰ ਲੱਗਦਾ ਕਾਂਗਰਸ ਆਊਗੀ ਮੇਰੀ ਗੱਲ ਸੁਣੋ ਇਲੈਕਸ਼ਨ ਆਉਣ ਦਿਓ ਕਈ ਤੇ ਲੋਕ ਇਹ ਵੀ ਕਹੀ ਜਾਂਦੇ ਕਿਦੇ 2026 ਚ ਹੀ ਨਾ ਆ ਜਾਏ ਪੰਜਾਬ ਦੇ ਨਾਲ ਹੀ ਇਹ ਸੈਂਟਰ ਦੇ ਨਾਲ ਹੀ ਪੰਜਾਬ ਦੀ ਆ ਜੇ ਕਾਜੀ ਉਹਨੂੰ ਆਤ ਲੈਂਦੀ ਹੈ ਇਲیکشن ਫੇਰ ਕਰਾਂਗੇ ਗੱਲ ਕਾਜੀ ਤੇ ਪਹਿਲਾਂ ਵਿਖਵਾਣੀ ਮੈਂ ਵੀ ਨਹੀਂ ਕਰ ਸਕਦਾ ਕੇਜਰੀਵਾਲ ਕਰ ਸਕਦਾ ਬੀਜਪੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਬੀਜਪੀ ਦੀ ਵੇਖੋ ਗੱਲ ਸੁਣੋ ਇਹ ਬੀਜਪੀ ਮੈਂ ਨਹੀਂ ਸਮਝਦਾ ਕਿ ਪੰਜਾਬ ਚ ਕਰੀ ਪਿਆਰ ਰੱਖਣ ਤੁਸੀਂ ਦੇਖ ਲਿਓ ਕਿਉਂ ਮਤਲਬ ਕੀ ਕਾਰਨ ਹੈਗਾ ਉਹ ਤਾਂ ਕਹਿੰਦੇ ਸ਼ਹਿਰਾਂ ਚ ਤਾਂ ਪਹਿਲਾਂ ਹੀ ਹੈਗੀ ਹੈਗੀ ਤੇ ਸੀਟਾਂ ਦੇ ਉੱਤੇ ਲੜਦੀ ਸੀ ਨਹੀਂ ਲੜਦੇ 18 18 ਕਿਸੇ ਨਾਲ ਲੜਕੀ ਕਿਸੇ ਨਾਲ ਲੜਕੀ ਪਿੰਡਾਂ ਤੋਂ ਉਹ ਜਾ ਰਹੇ ਨੇ ਨਹੀਂ ਕਿਸੇ ਨਾਲ ਲੜਕੀ ਲੜਦੀ ਸੀ ਜੇ ਕੱਲੂ ਦੁਵਾਰਾ ਕਾਲੀ ਦਲ ਨਾਲ ਹੋਏ ਸਮਝਾਤਾ ਉਹ ਫਿਰ ਵੇਖਾਂਗੇ ਇਹ ਤੁਹਾਡੀ ਵੀ ਤਾਂ ਕੋਈ ਸਟ੍ਰੈਟਜੀ ਹੋਊਗੀ ਕਿ ਜੇ ਐ ਹੋ ਗਿਆ ਤਾਂ ਐ ਕਾਉਂਟਰ ਕਰਾਂਗੇ ਤੇ ਐ ਆਪਣੀ ਸਟ੍ਰੈਟਜੀ ਸਾਡੀ ਹੋਏ ਕਿ ਪਹਿਲਾਂ ਬੀਜਪੀ ਜੋ ਖਾਲੀ ਦਲ ਇਕੱਠੇ ਰਹੇ ਦੋਨੋਂ ਲੜਦੇ ਰਹੇ ਉਹ ਮੈਂ ਹੀ ਫੇਲ ਲੜਾਂਗੇ ਪਹਿਲਾਂ ਵੀ ਤੇ ਇੰਨੇ ਸਾਲ ਇਕੱਠੇ ਲੜਦੇ ਰਹੇ ਆ ਨਾ ਕੱਲਾ ਤਾਂ ਨਹੀਂ ਨਾ ਲੜਦਾ ਰਿਹਾ ਬੀਜਪੀ ਕਾਲੀ ਦਲ ਉਦਾਂ ਹੀ ਲੜਾਂਗੇ ਤਾਂ ਆਪਾਂ ਕਦੀ ਵੀ ਇਹਨਾਂ ਨੂੰ ਨਹੀਂ ਸਮਝਾ ਇਵਨ ਮੈਂ ਇਹ ਕਹਿੰਨਾ ਕਿ ਜਿਹੜਾ ਆਮ ਆਦਮੀ ਪਾਰਟੀ ਇਹ ਬੀਜਪੀ ਦੀ ਬੀ ਟੀਮ ਹੈ ਜਿੱਥੇ ਵੇਖੋ ਪੰਜਾਬ ਚ ਆਏ ਪੰਜਾਬ ਚ ਨਾ ਕੀਤਾ ਹਰਿਆਣੇ ਚ ਉਹ ਕਰਨਗੇ ਕਿ ਕਾਂਗਰਸ ਬਰਾਬਰ ਤੇ ਖੜੀ ਆ ਕਾਂਗਰਸੀਆਂ ਵੋਟਾਂ ਤੋੜ ਲਈ ਇਹ ਬੀਜੇਪੀ ਇਹਨਾਂ ਨੂੰ ਅੱਗੇ ਕਰੇ ਗੁਜਰਾਤ ਦੇ ਵਿੱਚ ਕਿਤੇ ਯੂਪੀਜੀ ਕਿਉਂ ਨਹੀਂ ਗਈ ਜੀ ਸ਼੍ਰੀਮਾਨ ਜੀ ਇਲੈਕਸ਼ਨ ਲੜਨ ਦੀ ਯੂਪੀਜੀ ਵੀ ਇਲੈਕਸ਼ਨ ਆਈ ਸੀ ਨਾ ਪੰਜਾਬ ਦੇ ਨਾਲੇ ਇੱਕ ਬੰਦਾ ਨਹੀਂ ਖੜਾ ਕੀਤਾ ਉਸ ਤਰ੍ਹਾਂ ਖੜ੍ਹ ਚ ਕਿਉਂ ਕੀਤੇ ਉਹ ਇੱਕ ਇੱਕ ਬੀਜੇਪੀ ਜਿਹੜੀ ਆਮ ਆਦਮੀ ਪਾਰਟੀ ਹੈ ਬੀਜੇਪੀ ਦੀ ਬੀ ਟੀਮ ਹੈ ਔਰ ਇਹ ਦੋਨੇ ਇਕੱਠੇ ਨੇ ਔਰ ਇਕੱਠੇ ਹੀ ਰਹਿਣਗੇ ਉਹ ਕਹਿੰਦੇ ਤੁਸੀਂ ਨਹੀਂ ਬੋਲਦੇ ਆਪਰੇਸ਼ਨ ਲੋਟਸ ਤੇ ਇਸ ਕਰਕੇ ਤੁਸੀਂ ਵੀ ਟੀਮ ਹੋਗੇ ਮੇਰੀ ਮੇਰੀ ਗੱਲ ਸੁਣ ਲਓ ਲੋਟਸ ਤੇ ਕਿਉਂ ਨਹੀਂ ਪੁੱਛਦੇ ਜੋ ਆਪਣੇ ਦਿਲ ਤੇ ਹੱਥ ਰੱਖ ਕੇ ਕੋਰੇ ਮੈਂ ਮੈਂ ਪੱਤਰਕਾਰ ਆ ਮੈਂ ਦਿਲ ਤੇ ਹੱਥ ਰੱਖਣ ਲਈ ਨਹੀਂ ਬਣਿਆ ਮੈਂ ਦਿਲ ਤੇ ਹੱਥ ਰੱਖਣ ਲਈ ਨਹੀਂ ਮੈਂ ਜਾਨ ਤੋਂ ਵੋਟਰ ਦੇ ਮੈਂ ਸਵਾਲ ਕਰ ਰਿਹਾ ਤੁਸੀਂ ਜਵਾਬ ਦੇ ਜੋ ਮਰਜ਼ੀ ਤੁਹਾਡੀ ਮਰਜ਼ੀ ਜੀ ਪੰਜਾਬੀ ਤੇ ਤੁਸੀਂ ਵੀ ਹੋ ਬਿਲਕੁਲ ਬਿਲਕੁਲ ਤੁਸੀਂ ਆਪਦੇ ਮਾਰੇ ਬੋਲੋ ਜੋ ਮਰਜ਼ੀ ਨਾ ਬੋਲੋ ਤੁਹਾਨੂੰ ਵੀ ਪੰਜਾਬ ਦਾ ਦਰਦ ਹੈਗਾ ਕਿ ਬਿਲਕੁਲ ਤੇ ਆਪਾਂ ਜੇ ਦਰਦੀ ਬਣ ਕੇ ਗੱਲ ਕਰੀਏ ਇਹਨਾਂ ਚ 25 ਕਰੋੜ ਵਾਲਾ ਸਮਾਨ ਕਿਹੜਾ ਕੋ ਕੱਲ ਉਹਨੇ ਜਿਹੜੀ ਮੈਂ ਦੱਸੀ ਕਿ ਇੱਕ ਕਹਿੰਦਾ ਮੈਨੂੰ 100 ਕਰੋੜ ਦੇਗੇ ਯਾਰ ਇਨਾ ਝੂਠ ਪਹਿਲਾਂ ਤਾਂ ਕਿਤੇ ਲੱਗਦਾ ਸੀ ਕਿ 50 ਕਰੋੜ ਦਾ ਕਿਤੇ ਦੇਈ ਨਾ ਗਏ ਹੁਣ ਤੇ ਹੁਣ ਜਦੋਂ ਕੱਲ ਦਾ 100 ਕਰੋੜ ਕਿਹਾ ਤੇ ਇਹ ਤੇ ਬਿਲਕੁਲ ਝੂਠ ਲੱਗਣ ਲੱਗ ਪਿਆ ਕਿ ਉਹਨਾਂ ਦੇ ਐਮਐਲਏ ਨੇ ਆਪੇ ਕਹਿ ਦਿੱਤਾ ਕਿ ਮੇਰੇ ਹੈ ਹੀ ਸਭ ਕੁਝ ਝੂਠ ਦੂਸਰੀ ਚੀਜ਼ ਲੋਕੋ ਵੀ ਤੁਸੀਂ ਤੁਹਾਡੀ ਵੀ ਪਾਰਟੀ ਵੀ ਹੈ 100 ਕਰੋੜ ਦਾ ਮਤਲਬ ਪੂਰੀ ਇਲੈਕਸ਼ਨ ਤੇ ਲੱਗਦਾ ਉਹ ਹੈ ਬਰਨਾਰ ਸਾਹਿਬ ਦੀ ਪੂਰੀ ਮੈਸਜ ਉਹ ਇੰਨੇ ਕੰਨ ਦਾ ਸਾਰਾ ਕੁਝ ਹੋ ਜਾਂਦਾ ਤੇ ਦੂਸਰੀ ਚੀਜ਼ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਕਿ ਜਿਹੜੇ ਦੀਮਾ ਸਾਹਿਬ ਨੇ ਉਦੋਂ ਪੜੀ ਐਂਡ ਕਰੈਕਟ ਜਿਹੜੀ ਫਿਗਰ ਵੀ ਦੇ ਦਿੱਤੀ ਕਿ 1375 ਕਰੋੜ ਰੁਪਏ ਪੰਜਾਬ 'ਚ ਆ ਗਿਆ ਉਹ ਯਾਰ ਤੋਂ ਹੀ ਤੇ ਮਿੰਟ 'ਚ ਫੜ ਕੇ ਬੰਦਾ ਅੰਦਰ ਦੇ ਦਿੰਦੇ ਹੋ ਤੇ ਜਿਹੜਾ 1375 ਇੱਕ ਟਰੱਕ ਹੀ ਪੂਰਾ ਭਰ ਕੇ ਆਇਆ ਹੋ ਤੇ ਜਾਂ ਉਹ ਜਿਹੜੇ ਕਿੰਨੇ ਛੋਟਾ ਹਥੀ ਜੋ ਤਿੰਨ ਚਾਰ ਆਏ ਹੋਣਗੇ ਭਰ ਕੇ ਉਹ ਤੇ ਇੱਕ ਇਮੀਡੀਏਟਲੀ ਫੜੇ ਜਾ ਸਕਦਾ ਜਾਂ ਡਿਮੈਂਡ ਕਰਦਾ 5-500 ਵਾਲੇ ਨੇ ਜਾਂ 2-2000 ਵਾਲੇ ਨੇ ਨਹੀਂ 2-2000 ਵਾਲੇ ਵੀ ਮੇਰੇ ਖਿਆਲ ਕੇ ਟਰੱਕ ਬਣ ਜਾਂਦਾ ਪੰਜ 1375 ਕਰੋੜ ਇਹ ਨਾ ਕਰ ਬੰਦਾ ਹੀ ਆ। ਤੋਂ ਇਹ ਜੇ ਟਰੱਕ ਨਹੀਂ ਫੜ ਸਕੇ ਤੇ ਇਹ ਤੇ ਮੈਨੂੰ ਤੇ ਕੁਝ ਸਮਝ ਨਹੀਂ ਮੈਨੂੰ ਕਹ ਪੱਜੀ ਕਰੋੜ ਵੀ ਕਾਰਚ ਨਹੀਂ ਹੋਣਾ ਭਾਵੇਂ 2-2000 ਦੇ ਵੀ ਹੋਣ। ਉਹ ਵੀ ਕੋਈ ਹਰ ਛੋਟੇ ਹੱਥ ਜੀ ਆਉਣੇ। ਤੋਂ ਇਸ ਕਰਕੇ ਇਹ ਜੁਮੜੇਵਾਜਾਂ ਦੀ ਸਰਕਾਰ ਹੈ ਝੂਠਿਆਂ ਦੀ। ਤੇ ਇਹ ਜੇ ਇਹਨਾਂ ਚ ਜੁਰਤ ਹੈਗੀ ਆ। ਤੇ ਕੇਜਰੀਵਾਲ ਸਾਹਿਬ ਤੇ ਆਪ ਹੀ ਕਹੀ ਜਾਂਦੇ ਨੇ ਹਮਾਰਾ ਜੀਬੀ ਆਦਮੀ ਜਾਏਗਾ। ਸਤਿੰਦਰ ਜੈਨ ਕੋੰਦਰ ਕਰ ਦਿਆ। ਕੀ ਗੱਲ ਸਤਿੰਦਰ ਜੈਨ ਦੇ ਕਰੋ 3 ਕਰੋੜ ਦੇ ਫੜਿਆ ਗਿਆ। ਸਾਰੂ ਸਿੰਘ ਦੇ ਘਰੋਂ ਤੇ 300 ਦੀ 3000 ਦੀ ਰਿਕਵਰੀ ਹੋਈ ਤੇ ਉਹਦੇ ਵੱਲੋਂ ਸੁਖਿੰਦਰ ਜੱਣੂ ਵੱਲੋਂ 3 ਕਰੋੜ ਦੀ ਰਿਕਵਰੀ ਹੋਈ ਉਹ ਈਮਾਨਦਾਰ ਆ ਤੇ ਸਾਰੂ ਸਿੰਘ ਬੇਈਮਾਨ ਆ ਜੇ ਉਹ ਦੂਸਰਾ ਕੋਈ ਕਿਹੜਾ ਨਾਇਤੁੱਲਾ ਕਿ ਕਿਹੜਾ ਫੜ ਕੇ ਅੰਦਰ ਦਿੱਤਾ ਉਹ ਉਹ ਕੱਟੜ ਇਮਾਨਦਾਰ ਹੈ ਜੀ ਇਹ ਜੇ ਇਹ ਜਿਹੜੇ ਭਾਵੇਂ ਉੱਥੇ ਦੇ ਉੱਥੇ ਹੀ ਖੜੇ ਰਹੇ ਕੱਟੜ ਬੇਈਮਾਨ ਇਹਦੇ ਚ ਕਰਨਾ ਪਏਗਾ ਤੇ ਸਭ ਤੋਂ ਵੱਡਾ ਰੋਲ ਹੁਣ ਪ੍ਰੈਸ ਦਾ ਆਏਗਾ ਉਹ ਦੱਸੇ ਕਿ ਕਿੱਥੇ ਖੜੀ ਆ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਨਾਲ ਝੂਠ ਨਾਲ ਜਿਹੜੇ ਵਾਅਦੇ ਕੀਤੇ ਨੇ ਜੇ ਇਹਨਾਂ ਚ ਜ਼ਰੂਰਤ ਹੈਗੀ ਆ ਤੇ ਉਹ ਜਿਹੜੇ ਇਹਨਾਂ ਨੇ ਦਿੱਤੀ ਆ ਉਹਨਾਂ ਦਾ ਨਾਂ ਡਿਸਕਲੋਸ ਕਰਨੋ ਜਿਹੜਾ ਨਹੀਂ ਉਸ ਸੀਤਲ ਜਿਹੜਾ ਜਲੰਧਰ ਵਾਲਾ ਉਹ ਕਹਿੰਦਾ ਮੈਨੂੰ ਲੇਖ ਤੇ ਮਿਲਿਆ ਬੰਦਾ ਕਹਿੰਦਾ ਮੈਨੂੰ ਲੇਖ ਤੇ ਮਿਲਿਆ ਉਹ ਲੇਖ ਤੇ ਜੇ ਤੂੰ ਨਿਕਲ ਤੇ ਕੋਲੋਂ ਨਹੀਂ ਫੜਿਆ ਜਾਣਾ ਕੋਟ ਕੇ ਤੂੰ ਐਸਪੀ ਤੇ ਤੂੰ ਐਮਐਲਓ ਜਿਹੜਾ ਉਥੋਂ ਦਾ ਜਲੰਧਰ ਵਾਲਾ ਉਹ ਐਸਐਸਪੀ ਦੇ ਉਹਨੇ ਕੁੱਟ ਲਿਆ ਤੇ ਇਹਦੇ ਕੋਲ ਸੀਤਲ ਕੋਲ ਇੱਕ ਫੜਿਆ ਕੇ ਉਥੇ ਉਹਦੇ ਦਫਾ ਜੋਫਾ ਹੀ ਮਾਰਦਾ ਤੇ ਲੱਗੇ ਦਿਲ ਚੰਡੀਗੜ੍ਹ ਪੁਲਿਸ ਨੂੰ ਫੜ ਲੈਣਾ ਸੀ ਕਿ ਆ ਪੈਸੇ ਦੇਣ ਆ ਤੇ ਆਪਣੇ ਆਪ ਹੀ ਸਾਰੇ ਪੰਜਾਬ ਚ ਦੁਆਬੇ ਹਮ ਹੁੰਦਾ ਨਾ ਜਿਵੇਂ ਮਝੈਲ ਹੁੰਦਾ ਜਫਾ ਮਾਰ ਲੈਂਦਾ ਮੈਂ ਲਾ ਦੁਆਬੇ ਵਾਲੇ ਉਹ ਦੁਆਬੇ ਵਾਲਾ ਸਾਡੇ ਨੂੰ ਤਕੜਾ ਜਾਰ ਰਿਹਾ ਜਿਹੜੇ ਅਜੇ ਤੱਕ ਮਝੈਲ ਨਹੀਂ ਕਰ ਤੁਹਾਨੂੰ ਲੱਗਦਾ ਨਾ ਲੈਣਾ ਚਾਹੀਦਾ ਸੀ ਤੁਸੀਂ ਇਹ ਕਹਿ ਰਹੇ ਹੋ ਅਲਟੀਮੇਟਲੀ ਜਦੋਂ ਮੈਂ ਲਾਈਟ ਮੂਡ ਜਗਾ ਲਾਉਣੇ ਕਰੀ ਪੁਲਿਸ ਨਹੀਂ ਕੁੱਟੀ ਦੁਆਬਿਆਂ ਨੇ ਤਾਂ ਪੁਲਿਸ ਵੀ ਐਸਐਸਪੀ ਕੋਟ ਦਿੱਤਾ ਤੇ ਉੱਥੇ ਜਾ ਕੇ ਡਾਕਟਰ ਨਹੀਂ ਨੂੰ ਇਹਦੇ ਸੀਤਲ ਦਾ ਹੀ ਭਰਾ ਦੱਪਕੇ ਮਾਰ ਗਿਆ ਤੇ ਕੀ ਗੱਲ ਉਹਨੂੰ ਨਹੀਂ ਫੜ ਸਕਦਾ ਜਿਹੜਾ ਪੈ ਚੋਰ ਦੇ ਤੇ ਪਹਿਲੇ ਨਹੀਂ ਪੈਰ ਹੁੰਦੇ ਉਹ ਤੇ ਪਹਿਲੇ ਹੀ ਉੱਥੇ ਉਹਨੇ ਡਿੱਗ ਪੈਣਾ ਸੀ ਹੋਏ ਇਸ ਕਰਕੇ ਇਹ ਸਾਰਾ ਡਰਾਮਾ ਮੈਂ ਇਹ ਕਹਿੰਦਾ ਕਿ ਭਗਵਾਨ ਜੀ ਇਹ ਤੁਹਾਡੇ ਜੁਰਤ ਹੈਗੀ ਆ ਤੇ ਡੀਜੀਪੀ ਸਾਹਿਬ ਨੂੰ ਕਹਿੰਨਾ ਕਿ ਤੁਹਾਨੂੰ ਐਪਲੀਕੇਸ਼ਨ ਦੇ ਗਏ ਨੇ ਉਹ ਬੰਦੇ ਫੜ ਕੇ ਅਰੈਸਟ ਕਰੋ ਤੇ ਲੋਕਾਂ ਦੇ ਸਾਹਮਣੇ ਲੈ ਕੇ ਆਓ ਧੰਨਵਾਦ ਬਹੁਤ-ਬਹੁਤ ਧੰਨਵਾਦ ਰੰਧਾਵਾ ਸਾਹਿਬ ਇਹ ਹਨ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਗ੍ਰਹਿ ਮੰਤਰੀ ਤੇ ਕਾਂਗਰਸ ਦੇ ਵੱਡੇ ਲੀਡਰ ਜਿਨ੍ਹਾਂ ਦਾ ਕਹਿਣਾ ਕੀ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਭਵਿੱਖ ਹੈ ਔਰ ਉਹ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ 'ਚ ਉਹ ਵਿਰੋਧੀ ਧਿਰ ਦੀ ਚੰਗੀ ਭੂਮਿਕਾ ਨਿਭਾਉਣਗੇ